ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨੂੰ ਦੇਖਦੇ ਪਏ ਆਂ 2 ਹਫ਼ਤੇ ਪਹਿਲਾਂ ਸਾਡਾ ਭਰਾ ਇਮਰਾਨ ਸਾਡੇ ਕੋਲ ਪ੍ਰਭੂ ਦਾ ਜਿਹੜਾ ਵਚਨ ਲੈ ਕੇ ਆਇਆ ਸੀ ਉਹ ਸੀ ਪਵਿੱਤਰ ਆਤਮਾ ਦੇ ਫਲ ਔਰ ਪਵਿੱਤਰ ਆਤਮਾਵਾਂ ਦੇ ਪਵਿੱਤਰ ਆਤਮਾ ਦੇ ਉਹਨਾਂ ਫਲਾਂ ਦੇ ਵਿੱਚ ਅਸੀਂ ਬਹੁਤ ਕੁਝ ਦੇਖਣ ਜਾ ਰਹੇ ਆਉਣ ਵਾਲਿਆਂ ਦਿਨਾਂ ਦੇ ਵਿੱਚ ਪ੍ਰਭੂ ਦਾ ਆਤਮਾ ਸੱਚਮੁੱਚ ਉਹ ਫਲ ਸਾਡੀ ਜ਼ਿੰਦਗੀ ਦੇ ਵਿੱਚ ਭਰਨੇ ਮੰਗਦਾ ਅਗਰ ਆਤਮਾ ਸਾਡੇ ਅੰਦਰ ਆ ਔਰ ਸਾਡੇ ਅੰਦਰ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਸਾਡੇ ਅੰਦਰ ਗਿਫਟ ਤਾਂ ਬਹੁਤ ਆ ਪਰ ਉਸਦੇ ਫਲ ਨਹੀਂ ਤੇ ਅਸੀਂ ਉਸ ਦਰਖਤ ਵਰਗੇ ਆ ਜਿਸ ਨੂੰ ਪੱਤੇ ਤਾਂ ਬਹੁਤ ਆ ਔਰ ਜਿਸਦੇ ਥੱਲੇ ਪ੍ਰਭੂ ਆ ਕੇ ਕਹਿ ਰਿਹਾ ਤੇਰਾ ਫਲ ਕਿੱਥੇ ਆ ਤੇਰਾ ਫਲ ਕਿੱਥੇ ਆ ਗਿਫਟ ਜਿਹੜੇ ਪ੍ਰਭੂ ਨੇ ਸਾਨੂੰ ਦਿੱਤੇ ਆ ਔਰ ਜਿਹੜੇ-ਜਿਹੜੇ ਵੀ ਗਿਫਟ ਉਸਨੇ ਸਾਨੂੰ ਦਿੱਤੇ ਆ ਇਹ ਸੱਚ ਮੁੱਚ ਪ੍ਰਭੂ ਦੀਆਂ ਦਿੱਤੀਆਂ ਹੋਈਆਂ ਬਰਕਤਾਂ ਆ ਪਰ ਗਿਫਟਾਂ ਦੇ ਨਾਲ-ਨਾਲ ਜੋ ਕੁਝ ਪ੍ਰਭੂ ਨੇ ਸਾਨੂੰ ਹੋਰ ਸਾਨੂੰ ਦੇਣਾ ਮੰਗਦਾ ਉਹ ਉਹ ਬਦਲਾਵ ਜਿਹੜਾ ਸਾਡੇ ਵਿੱਚ ਹੋਣਾ ਚਾਹੀਦਾ ਸਾਨੂੰ ਉਸਦੇ ਵੱਲ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਸ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ আর প্রভু ਦੇ वचन ਦੇ ਵਿੱਚ ਇਹ ਲਿਖਿਆ ਅਸੀਂ ਜਿਸ ਵੇਲੇ ਗਲਤੀਆਂ ਦਾ ਪੰਜਵਾਂ ਭਾਗ ਉਸ ਦੀ 16 ਤੋਂ ਲੈ ਕੇ 26 ਆਇਤ ਜਿਸ ਤੇ ਵੱਲ ਅਸੀਂ ਧਿਆਨ ਦੇ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਉਸ ਦੇ ਵਿੱਚ ਇਹ ਲਿਖਿਆ ਕਹਿੰਦੇ ਮੇਰੇ ਕਹਿਣ ਦਾ ਅਰਥ ਹੈ ਕਿ ਪਵਿੱਤਰ ਆਤਮਾ ਦੀ ਅਗਵਾਹੀ ਦੇ ਹੇਠ ਜੀਵਨ ਗੁਜ਼ਾਰੋ ਤੂੰ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਸਰੀਰ ਦੀਆਂ ਵਾਸ਼ਨਾਵਾਂ ਨੂੰ ਪੂਰੀਆਂ ਨਹੀਂ ਕਰ ਸਕੋਗੇ ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾਵਾ ਆਤਮਾ ਦੀਆਂ ਸਰੀਰ ਦੇ ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ ਇਸੇ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ ਹੋ ਜੇਕਰ ਤੁਸੀਂ ਆਤਮਾ ਦੀ ਅਗਵਾਹੀ ਦੇ ਵਿੱਚ ਚੱਲਦੇ ਹੋ ਤਾਂ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ ਆਤਮਾ ਸਾਨੂੰ ਵਿਵਸਥਾ ਆਤਮਾ ਸਾਨੂੰ ਧਰਮ ਤੋਂ ਮੁਕਤ ਕਰਦੀ ਆ ਕਿਉਂਕਿ ਆਤਮਾ ਧਰਮ ਔਰ ਧਾਰਮਿਕਤਾ ਆਪ ਉਹ ਸਾਨੂੰ ਮੁਕਤ ਕਰਦੀ ਆ ਔਰ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਸਰੀਰ ਦੇ ਕੰਮ ਤਾਂ ਸਾਫ਼ ਪ੍ਰਗਟ ਹਨ ਵਿਚਾਰ ਅਸ਼ੱਦਤਾ ਗਵਾਰਪੁਣਾ ਮੂਰਤੀ ਪੂਜਾ ਜਾਦੂਗਰੀ ਬਿਆਤ ਝਗੜੇ ਈਰਖਾ ਗੁੱਸਾ ਸਵਾਰਥ ਮਤ ਭੇਤ ਪਾਰਟੀਬਾਜੀ ਸਾੜਾ ਨਸ਼ੇਬਾਜੀ ਰੰਗ ਰਲੀਆਂ ਤੇ ਇਸ ਤਰ੍ਹਾਂ ਦੇ ਹੋਰ ਬੁਰੇ ਕੰਮ ਅਗਰ ਅਸੀਂ 2 ਸੈਕਿੰਡ ਇੱਥੇ ਖੜੇ ਹੋਈਏ ਤੇ ਇਹਨੀਆਂ ਵਿੱਚੋਂ ਸਾਡੇ ਅੰਦਰ ਹੱਥ ਖੜੇ ਕਰਨ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਵਿੱਚ ਸਾਡੇ ਅੰਦਰ ਕਿੰਨੀਆਂ ਚੀਜ਼ਾਂ ਇਸ ਵੇਲੇ ਹੈਗੀਆਂ ਇਹਨਾਂ ਵਿੱਚੋਂ ਕਿੰਨੀਆਂ ਚੀਜ਼ਾਂ ਸਾਡੇ ਅੰਦਰ ਹੈਗੀਆਂ ਇਹ ਆਪਣੀ ਆਤਮਾ ਨੂੰ ਪੁੱਛਣ ਦੀ ਜ਼ਰੂਰਤ ਹੈ ਮੇਰੇ ਮਾਨ ਇਹਦੇ ਵਿੱਚੋਂ ਕਿਹੜਾ-ਕਿਹੜਾ ਪਾਪ ਮੇਰੇ ਅੰਦਰ ਆ ਤਾਂ ਕਿ ਮੈਂ ਉਸ ਨੂੰ ਪ੍ਰਭੂ ਦੇ ਚਰਨਾਂ 'ਚ ਰੱਖ ਸਕਾਂ ਔਰ ਪ੍ਰਭੂ ਕਹਿੰਦਾ ਮੈਂ ਉਸ ਨੂੰ ਧੋ ਦਊਂਗਾ ਮੈਂ ਉਸ ਨੂੰ ਸਾਫ਼ ਕਰ ਦਊਂਗਾ ਮੈਂ ਆਪਣਾ ਪਾਪ ਪ੍ਰਭੂ ਦੇ ਅੱਗੇ ਮੰਨਿਆ ਤੇ ਉਸ ਨੇ ਉਸ ਨੂੰ ਧੋ ਦਿੱਤਾ ਉਸ ਨੇ ਉਸ ਨੂੰ ਮਾਫ਼ ਕਰ ਦਿੱਤਾ ਲੇਕਿਨ ਇਸ ਦੇ ਨਾਲ ਕਹਿੰਦਾ ਕਿ ਪਰ ਤੁਹਾਨੂੰ ਇੱਕ ਵਾਰੀ ਫਿਰ ਚੇਤਾਵਨੀ ਦਿੰਦਾ ਹਾਂ ਜਿਸ ਤਰ੍ਹਾਂ ਪਹਿਲਾਂ ਵੀ ਦੇ ਚੁੱਕਾ ਹਾਂ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦਾ ਪਰਮੇਸ਼ਵਰ ਦੇ ਰਾਜ ਦੇ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ ਪਰਮੇਸ਼ਵਰ ਦਾ ਰਾਜ ਇਸ ਧਰਤੀ ਤੋਂ ਹੀ ਸ਼ੁਰੂ ਹੋ ਜਾਂਦਾ ਪਰਮੇਸ਼ਰ ਦਾ ਰਾਜ ਸਾਡੇ ਮਰਨ ਤੋਂ ਬਾਅਦ ਨਹੀਂ ਸ਼ੁਰੂ ਹੋਣਾ ਪਰਮੇਸ਼ਰ ਦਾ ਰਾਜ ਮਰਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੋਣਾ ਜਿਨ੍ਹਾਂ ਦੀ ਜ਼ਿੰਦਗੀ ਚ ਪ੍ਰਭੂ ਯਿਸੂ ਮਸੀਹ ਨਹੀਂ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਆਪਣੇ ਕੋਲ ਲੈ ਕੇ ਨਹੀਂ ਆਇਆ ਅਸੀਂ ਕੌਣ ਹੁੰਨੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਮੰਨਣ ਵਾਲੇ ਸਾਡੇ ਚ ਕਿਸ ਦੇ ਅੰਦਰ ਇੰਨੀ ਤਾਕਤ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪ੍ਰਭੂ ਮੰਨ ਲਈਏ ਸਾਡੇ ਵਿੱਚ ਕਿੰਨੀ ਕਿਸ ਦੇ ਅੰਦਰ ਇੰਨੀ ਜਰਤ ਆ ਕਿ ਅਸੀਂ ਈਵਨ ਪ੍ਰਭੂ ਦਾ ਬਚਨ ਨੂੰ ਸਮਝ ਵੀ ਸਕੀਏ ਇਹ ਪ੍ਰਭੂ ਦੀ ਆਪਣੀ ਕਿਰਪਾ ਆ ਕਿ ਉਹ ਸਾਨੂੰ ਆਪਣੇ ਕੋਲ ਲੈ ਕੇ ਆਉਂਦਾ ਇਹ ਪ੍ਰਭੂ ਯਿਸੂ ਦੀ ਆਪਣੀ ਕਿਰਪਾ ਉਹ ਚੁਣਦਾ ਬੰਦੇ ਨੂੰ ਕਿ ਇਹ ਬੰਦਾ ਮੇਰਾ ਆ ਅੱਜ ਪ੍ਰਾਤ ਸੁਖਦੇਵ ਨੇ ਇੰਨੀ ਪਿਆਰੀ ਦੁਆ ਕੀਤੀ ਆ ਅਨੀ ਗਹਿਰਾਈ ਦੇ ਵਿੱਚ ਪ੍ਰਭੂ ਦੇ ਬਚਨ ਦੀ ਉਸਨੇ ਦੁਆ ਕੀਤੀ ਆ ਐਨੇ ਗਹਿਰਾ ਗਹਿਰੇਪਨ ਦੇ ਵਿੱਚ ਉਸਨੇ ਪ੍ਰਭੂ ਤੋਂ ਆਪਣੇ ਪਾਪ ਦੀ ਮਾਫੀ ਮੰਗੀ ਆ ਕੌਣ ਇਨਸਾਨ ਆ ਜਿਹੜਾ ਇਹ ਕਰ ਸਕਦਾ ਜਿਸ ਵੇਲੇ ਕੋਈ ਇਨਸਾਨ ਆਪਣੇ ਪਾਪ ਦੀ ਮਾਫੀ ਮੰਗਦਾ ਇਸ ਤਰ੍ਹਾਂ ਮੰਗਦਾ ਜਿਦਾ ਸਾਡੇ ਭਰਾ ਨੇ ਦੁਆ ਕੀਤੀ ਆ ਤੇ ਉਸ ਦਾ ਸਵਰਗ ਦਾ ਰਾਜ ਇਸ ਧਰਤੀ ਤੋਂ ਹੀ ਸ਼ੁਰੂ ਹੋ ਜਾਂਦਾ ਪ੍ਰਭੂ ਦੀਆਂ ਬਰਕਤਾਂ ਸਵਰਗ ਦੀਆਂ ਬਰਕਤਾਂ ਧਰਤੀ ਦੇ ਉੱਤੇ ਉਹਦੇ ਘਰ ਦੇ ਵਿੱਚ ਉਹਦੇ ਆਪਣੇ ਕੋਲ ਆਉਣੀਆਂ ਸ਼ੁਰੂ ਹੋ ਜਾਂਦੀਆਂ। ਔਰ ਜੋ ਇਨਸਾਨ ਇਸ ਗੁਨਾਹ ਦੀ ਮਾਫੀ ਨਹੀਂ ਮੰਗਦਾ ਔਰ ਮੰਗਦਾ ਨਹੀਂ ਰਹਿੰਦਾ ਉਹ ਪ੍ਰਭੂ ਦੇ ਜਿਹੜਾ ਰਾਜ ਇਸ ਧਰਤੀ ਦੇ ਵਿੱਚ ਆ ਜੋ ਪ੍ਰਭੂ ਦੇ ਵਿੱਚ ਜ਼ਿੰਦਗੀ ਆ ਉਸ ਤੋਂ ਦੂਰ ਰਹਿੰਦਾ। ਉਹ ਆਪਣੀ ਜ਼ਿੰਦਗੀ ਇਹਨਾਂ ਚੀਜ਼ਾਂ ਦੇ ਵਿੱਚ ਹੀ ਗੁਜ਼ਾਰਦਾ। ਉਹ ਇਹਨਾਂ ਚੀਜ਼ਾਂ ਤੇ ਦੁੱਖਾਂ ਦੇ ਵਿੱਚ ਗੁਜ਼ਾਰਦਾ ਪ੍ਰਭੂ ਕਿਸੇ ਤੇ ਦੁੱਖ ਨਹੀਂ 깔ਦਾ ਉਹ ਵੈਰੀ ਨਹੀਂ ਇਨਸਾਨ ਦਾ ਆਹਾਈ ਚੀਜ਼ਾਂ ਆ ਜਿਹੜੀਆਂ ਇਨਸਾਨ ਦੇ ਅੰਦਰ ਇਨਾਫ ਦੁੱਖ ਪੈਦਾ ਕਰ ਲੈਂਦੀਆਂ ਦੁੱਖ ਪੈਦਾ ਕਰਨ ਦੇ ਲਈ ਇਨਸਾਨ ਆਪਣੇ ਆਪ ਦੇ ਲਈ ਆਪ ਹੀ ਕਾਫੀ ਆ ਪਰਮੇਸ਼ਰ ਨੂੰ ਨਹੀਂ ਦੁੱਖ ਕਿਸੇ ਦੇ ਲਈ ਪੈਦਾ ਕਰਨਾ ਪੈਂਦਾ ਸਿਰਫ ਫਰਕ ਇਹ ਹੈ ਕਿ ਉਹ ਇਨਸਾਨ ਨੂੰ ਇਨਸਾਨ ਨੂੰ ਆਪਣੇ ਰਾਜ ਦੀ ਹਜ਼ੂਰੀ ਚੋਂ ਬਾਹਰ ਕੱਢ ਦਿੰਦਾ ਫਿਰ ਉਸ ਤੋਂ ਬਾਅਦ ਇਹਨਾਂ ਦੀਆਂ ਬਰਕਤਾਂ ਹੀ ਇਹਨਾਂ ਦੀਆਂ ਜਿਹੜੀਆਂ ਕੁਵਰਕਤਾਂ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਇਹਨਾਂ ਦਾ ਹੀ ਜਿਹੜਾ ਦੁੱਖ ਉਹ ਇਨਸਾਨ ਤੇ ਕਾਫੀ ਹੁੰਦਾ ਮਸੀਹਤ ਕੋਈ ਜਾਦੂਗਰੀ ਨਹੀਂ ਕਿ ਇਧਰੋਂ ਆ ਸ਼ਾਮ ਪੜ ਲਿਆ ਉਧਰੋਂ ਉਹ ਆਇਤ ਪੜ ਲਈ ਇਦਰੋਂ ਆਇਤ ਜੋੜ ਲਈ ਤੇ ਸਾਡੇ ਕੰਮ ਬਣ ਜਾਣਗੇ। ਪ੍ਰਭੂ ਯਿਸੂ ਕੋਈ ਜਾਦੂਗਰ ਨਹੀਂ। ਪ੍ਰਭੂ ਯਿਸੂ ਇਨਸਾਨ ਦੇ ਕੋਲੋਂ ਜ਼ਿੰਦਗੀ ਚਾਹੁੰਦਾ। ਤਉ ਯਿਸੂ ਕੋ ਤਬੀਤ ਨਹੀਂ। ਜਿਹੜਾ ਅਸੀਂ ਮੋਢੇ ਨਾਲ ਬੰਨਿਆ ਹੈ। ਔਰ ਪ੍ਰਭੂ ਯਿਸੂ ਕੋਈ ਮੇਰਾ ਕੋਈ ਮੇਰਾ ਬਸ ਬੋਏ ਨਹੀਂ। ਬਸ ਬੋਏ ਪਤਾ ਕੀ ਹੁੰਦਾ ਜਿਹਨੂੰ ਅਸੀਂ ਵੇਟਰ ਕਹਿੰਨੇ ਆ। ਕਿ ਜੇ ਨੂੰ ਅਸੀਂ ਆਰਡਰ ਕਰਦੇ ਆ ਜਿਦਾ ਪ੍ਰਭੂ ਦੇ ਵਚਨ ਦੇ ਵਿੱਚ ਕਿਹਾ ਗਿਆ ਕਿ ਮੰਗੋ ਤੁਹਾਨੂੰ ਮਿਲੇਗਾ। ਬੂਆ ਖੜਕਾਓ ਖੋਲਿਆ ਜਾਏਗਾ। ਮੰਗਣ ਵਾਲੇ ਨੂੰ ਮਿਲਦਾ ਲੱਭਣ ਵਾਲੇ ਨੂੰ ਮਿਲਦਾ ਲੱਭਣ ਵਾਲਾ ਲੱਭੇਗਾ ਔਰ ਖੜਕਾਉਣ ਵਾਲੇ ਦੇ ਲਈ ਦਰਵਾਜ਼ਾ ਖੋਲਿਆ ਜਾਏਗਾ। ਜਿਲੇ ਤੁਸੀਂ ਮੰਗੋਗੇ ਦਰਵਾਜ਼ਾ ਖੜਕਾਉਂਗੇ ਪ੍ਰਭੂ ਦੇ ਕੋਲ ਜਾਓਗੇ ਤਾਂ ਆਪਣਾ ਪਵਿੱਤਰ ਆਤਮਾ ਦਏਗਾ। ਔਰ ਜਦੋਂ ਆਪਣਾ ਪਵਿੱਤਰ ਆਤਮਾ ਦਏਗਾ ਤੇ ਉਸ ਦੇ ਨਾਲ ਆਹ ਚੀਜ਼ਾਂ ਸਾਡੇ ਅੰਦਰ ਆਉਣਗੀਆਂ ਸਭ ਤੋਂ ਪਹਿਲਾਂ ਸਾਡੀ ਆਪਣੀ ਤਬਦੀਲੀ ਔਰ ਪ੍ਰਭੂ ਦੇ ਵਚਨ ਚ ਲਿਖਿਆ ਪਰ ਪਰਮੇਸ਼ਵਰ ਦੇ ਆਤਮਾ ਦਾ ਫਲ ਇਹ ਹੈ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਪਿਆਰ ਔਰ ਦੂਸਰੀ ਦੂਸਰਾ ਅਨੰਦ ਸ਼ਾਂਤੀ ਧੀਰਜ ਦਿਆਲਗੀ ਬਫ ਭਲਾਈ ਵਫਾਦਾਰੀ ਨਮਰਤਾ ਸਵੈ ਕਾਬੂ ਇਹੋ ਜਿਹੇ ਕੰਮਾਂ ਦੇ ਵਿਰੁੱਧ ਵਿਵਸਥਾ ਨਹੀਂ ਹੈ ਜੋ ਮਸੀਹ ਯਸੂ ਦੇ ਹਨ ਉਹਨਾਂ ਨੇ ਆਪਣੇ ਸਰੀਰ ਨੂੰ ਇਹਨਾਂ ਦੀਆਂ ਵਾਸ਼ਨਾਵਾਂ ਦੇ ਸਮੇਤ ਵਾਸ਼ਨਾਵਾਂ ਤੇ ਛਾਮਾਂ ਸਮੇਤ ਸਲੀਬ ਦੇ ਉੱਤੇ ਚੜਾ ਦਿੱਤਾ ਹੈ ਜੇਕਰ ਪਵਿੱਤਰ ਆਤਮਾ ਨੇ ਅਸੀਂ ਕਿਨੇ ਦਾ ਸੀ ਬੋਣ ਲਗੇ ਇਹਨਾਂ ਸਾਡਾ ਜਨਮ ਕਿੱਦਾਂ ਹੋਇਆ ਜੇਕਰ ਪਵਿੱਤਰ ਆਤਮਾ ਨੇ ਸਾਨੂੰ ਨਵਾਂ ਜਨਮ ਦਿੱਤਾ ਹੈ ਤਾਂ ਸਾਨੂੰ ਉਸੇ ਦੀ ਅਗਵਾਹੀ ਦੇ ਹੇਠ ਚੱਲਣਾ ਚਾਹੀਦਾ ਹੈ ਸਾਨੂੰ ਝੂਠਾ ਹੰਕਾਰ ਨਹੀਂ ਕਰਨਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਗੁੱਸਾ ਨਹੀਂ ਦਿਖਾਉਣਾ ਚਾਹੀਦਾ ਹੈ ਅਤੇ ਨਾ ਹੀ ਦੂਜਿਆਂ ਦੇ ਨਾਲ ਈਰਖਾ ਕਰਨੀ ਚਾਹੀਦੀ ਹੈ ਪਵਿੱਤਰ ਆਤਮਾ ਦੇ ਫਲ ਇਹ ਹਨ ਔਰ ਸਭ ਤੋਂ ਪਹਿਲਾ ਜਿਹੜਾ ਫਲ ਆ ਪਵਿੱਤਰ ਆਤਮਾ ਦਾ ਉਹ ਸਾਨੂੰ ਦੱਸਿਆ ਗਿਆ ਪਿਆਰ ਪਿਆਰ ਸਭ ਤੋਂ ਉੱਤਮ ਪਿਆਰ ਸਾਨੂੰ ਪ੍ਰਭੂ ਯਿਸੂ ਮਸੀਹ ਨੇ ਦਿਖਾਇਆ ਉੱਤਮ ਪਿਆਰ ਜੋ ਇਹ ਸੀ ਜਦੋਂ ਅਸੀਂ ਪਾਪੀ ਹੀ ਸੀ ਤਮਸੀ ਸਾਡੇ ਲਈ ਮੋਇਆ ਵੈਨ ਵੀ ਵਰ ਸਟਿਲ ਸਿਨਰ ਐਂਡ ਦੈਟਸ ਅ ਪਰਫੈਕਟ ਲਵ ਇੱਕ ਉਸ ਬੰਦੇ ਨੂੰ ਪਿਆਰ ਕਰਨਾ ਜਿਹਦੇ ਅੰਦਰ ਵਿਵਚਾਰ ਅਸ਼ੁੱਧਤਾ ਗਵਾਰ ਪੁਣਾ ਮੂਰਤੀ ਪੂਜਾ ਜਾਦੂਗਰੀ ਬੈਰ ਝਗੜੇ ਈਰਖਾ ਗੁੱਸਾ ਸਵਾਰਥ ਮਤ ਪੇਟ ਪਾਰਟੀਬਾਜੀ ਸਾੜਾ ਨਸ਼ੇ ਬਾਜੀ ਤੇ ਰੰਗ ਰਲੀਆਂ ਹੋਣ ਉਸ ਬੰਦੇ ਨੂੰ ਪਿਆਰ ਕਰਨਾ ਔਰ ਪਿਆਰ ਵੀ ਇੰਨਾ ਕਰਨਾ ਕਿ ਉਹਦੇ ਲਈ ਜਾਨ ਦੇਣੀ ਔਰ ਪਿਆਰ ਦਾ ਦਿਖਾਵਾ ਹੀ ਨਹੀਂ ਕਰਨਾ ਇਸ ਧਰਤੀ ਦੇ ਉੱਤੇ ਆ ਕੇ ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਕਹਿਲਾਉਣਾ ਜੋ ਹਰ ਇੱਕ ਮਨੁੱਖ ਆਪਣੇ ਆਪ ਨੂੰ ਕਹਿਣ ਤੋਂ ਕਹਿਲਾਉਂਦਾ ਡਰਦਾ ਹੈ ਅੰਤ ਤੱਕ ਪ੍ਰਭੂ ਯਿਸੂ ਮਸੀਹ ਨੂੰ ਇਹ ਕਹਿੰਦੇ ਰਹੇ ਕਿ ਸਾਨੂੰ ਤਾਂ ਆਪਣੇ ਬਾਪ ਦਾ ਪਤਾ ਹੈ ਤੇਰਾ ਬਾਪ ਕੌਣ ਹੈ ਅੰਤ ਤੱਕ ਜਿਹੜਾ ਉਸ ਦੇ ਉੱਤੇ ਯਹੂਦੀ ਇੱਕੋ ਹੀ ਟਿੱਕਾ ਟਿੱਪਣੀ ਲਾਉਂਦੇ ਰਹੇ ਕਿ ਤੂੰ ਹਰਾਮੀ ਆ ਅੰਤ ਤੱਕ ਉਸ ਦੀ ਮਾਂ ਨੂੰ ਇਹ ਕਹਿੰਦੇ ਰਹੇ ਕਿ ਇਹ ਬੱਚਾ ਤੂੰ ਕਿੱਥੋਂ ਲੈ ਕੇ ਆਈ ਆ ਸਭ ਤੋਂ ਪਹਿਲਾਂ ਉਹਨਾਂ ਮਾਮਾ ਨੂੰ ਬਰਕਤ ਦੇਣੀ ਉਸ ਤੋਂ ਬਾਅਦ ਇੱਕ ਪਾਪਣ ਜਿਹੜੀ ਪਾਪ ਦੇ ਵਿੱਚ ਫੜੀ ਗਈ ਆ ਉਸ ਨੂੰ ਪ੍ਰਭੂ ਯਿਸੂ ਕੋਲ ਕਸੀਟ ਕੇ ਲੈ ਕੇ ਆਇਆ ਇਸਨੇ ਪਾਪ ਕੀਤਾ ਅਸੀਂ ਦੇਖਿਆ ਇਸ ਨੂੰ ਪਾਪ ਕਰਦੀ ਨੂੰ ਅਸੀਂ ਇਸ ਨੂੰ ਫੜਿਆ ਪਾਪ ਕਰਦੀ ਨੂੰ ਔਰ ਇਦਾਂ ਦੀਆਂ ਪਾਪਣਾ ਦੇ ਲਈ ਅਸੀਂ ਜਿਹੜਾ ਸਾਡਾ ਧਰਮ ਏ ਕਹਿੰਦਾ ਕਿ ਇਹਨਾਂ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਏ ਅ ਪ੍ਰਭੂ ਯਿਸੂ ਨੇ ਉਹਨਾਂ ਤੋਂ ਪੁੱਛਿਆ ਕਿ ਜਿਸਨੇ ਪਾਪ ਨਹੀਂ ਕੀਤਾ ਪਹਿਲਾ ਪੱਥਰ ਉਹ ਮਾਰੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਉੱਥੇ ਪੱਥਰਾਂ ਦਾ ਢੇਰ ਲਾ ਕੇ ਚਲੇ ਗਏ ਕਿਸੇ ਨੇ ਉਹਦੇ ਪੱਥਰ ਨਹੀਂ ਮਾਰਿਆ ਔਰ ਉਸ ਨੂੰ ਪੁੱਛਦੇ ਪਏ ਆ ਹੀ ਅਰਥ ਤੈਨੂੰ ਕਿਸੇ ਨੇ ਨਹੀਂ ਮਾਰਿਆ ਉਹ ਕਹਿੰਦੀ ਨਹੀਂ ਪ੍ਰਭੂ ਜੀ ਜਾ ਤੈਨੂੰ ਮੈਂ ਵੀ ਨਹੀਂ ਮਾਰਦਾ ਮੁੜ ਕੇ ਪਾਪ ਨਾ ਕਰੀ ਧਰਤੀ ਤੇ ਇੱਕ ਸੀ ਜਿਹੜਾ ਉਸਦੇ ਪੱਥਰ ਮਾਰ ਸਕਦਾ ਸੀ ਜਿਸ ਦੇ ਅੰਦਰ ਕੋਈ ਪਾਪ ਨਹੀਂ ਸੀ ਉਸਨੇ ਉਸਨੂੰ ਪਿਆਰ ਦਿੱਤਾ ਜਿਸ ਨੂੰ ਪਾਪੀਆਂ ਦਾ ਯਾਰ ਕਿਹਾ ਗਿਆ ਜਿਹੜਾ ਪਾਪੀਆਂ ਦੇ ਵਿੱਚ ਬੈਠਾ ਜਿਹਨੇ ਪਾਪੀਆਂ ਦੇ ਨਾਲ ਖਾਧਾ ਉਸਨੇ ਸਿਰਫ ਇਹ ਦਿਖਾਵਾ ਨਹੀਂ ਦਿਖਾਇਆ ਕਿ ਮੈਂ ਪਾਪੀਆਂ ਨੂੰ ਪਿਆਰ ਕਰਦਾ ਤੇ ਆਪ ਜਾ ਕੇ ਉਹ ਕਿਨਾਂ ਜਿਹੜੇ ਉਸ ਵੇਲੇ ਦੇ ਉਸ ਵੇਲੇ ਦੇ ਸਦੂਕੀ ਫਰੀਸੀ ਧਰਮ ਗ੍ਰੰਥੀ ਸੀ ਉਹਨਾਂ ਦੇ ਵਿੱਚ ਬੈਠਾ ਇਹ ਕਹੇ ਕਿ ਮੈਂ ਤਾਂ ਪਾਪੀਆਂ ਦੇ ਲਈ ਆਂ ਪਰਾਪ ਮੰਦਰਾਂ ਦੀ ਪ੍ਰਧਾਨਗੀ ਸਾਹਮਣੇ ਬੈਠਾ ਹੋਵੇ ਨਹੀਂ ਜਿਹੜੇ ਉਸਨੇ ਨਾਲ ਚੁਣੇ ਵੀ ਜਿਹੜਾ 12 ਨੂੰ ਉਹ ਨਾਲ ਲੈ ਕੇ ਚੁਣਿਆ ਵੀ ਉਹ ਵੀ ਪਾਪੀ ਸੀ ਉਹਨਾਂ ਦੇ ਨਾਲ ਬੈਠ ਕੇ ਉਸਨੇ ਖਾਧਾ ਉਹਨਾਂ ਦੇ ਨਾਲ ਬੈਠ ਕੇ ਉਸਨੇ ਸਾਰਾ ਕੁਝ ਕੀਤਾ ਫਿਰ ਉਸਨੇ ਕਿਹਾ ਮੈਂ ਪਾਪੀਆਂ ਦੇ ਲਈ ਆਇਆ ਉੱਤਮ ਪਿਆਰ ਜੋ ਕੀਤਾ ਉਹ ਯਸੂ ਨੇ ਕੀਤਾ ਸਭ ਤੋਂ ਉੱਤਮ ਪਿਆਰ ਉਹ ਹੋਆ ਦੂਸਰਾ ਪਿਆਰ ਜਿਹੜਾ ਸਾਨੂੰ ਕਰਨ ਦੇ ਲਈ ਕਿਹਾ ਗਿਆ ਉਸ ਦੀ ਸਾਨੂੰ ਇੱਕ ਉਦਾਹਰਣ ਦਿੱਤੀ ਗਈ ਹੈ ਜਿਹੜਾ ਪਿਆਰ ਪ੍ਰਭੂ ਯਿਸੂ ਸਾਡੇ ਦੇ ਵਿੱਚ ਭਰਨਾ ਮੰਗਦਾ ਜੋ ਪਵਿੱਤਰ ਆਤਮਾ ਦੀ ਹਜ਼ੂਰੀ ਤੋਂ ਬਗੈਰ ਇਨਸਾਨ ਦੇ ਅੰਦਰ ਆ ਨਹੀਂ ਸਕਦਾ ਜੋ ਮਰਜੀ ਕੋਈ ਇਨਸਾਨ ਕਹੀ ਜਾਵੇ ਲੇਕਿਨ ਜਦ ਤੱਕ ਸਾਡੇ ਅੰਦਰ ਪਵਿੱਤਰ ਆਤਮਾ ਦੀ ਹਜ਼ੂਰੀ ਨਹੀਂ ਇਹ ਪਿਆਰ ਸਾਡੇ ਅੰਦਰ ਨਹੀਂ ਆ ਸਕਦਾ ਤੁਸੀਂ ਇਹ ਜਾਣਨਾ ਮੰਗਦੇ ਕਿ ਮੇਰੇ ਕੋਲ ਪਵਿੱਤਰ ਆਤਮਾ ਹੈ ਕਿ ਨਹੀਂ ਤੁਸੀਂ ਇਹ ਜਾਣਨਾ ਮੰਗਦੇ ਆ ਕਿ ਮੈਂ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ ਭਰਿਆ ਆ ਜਾਂ ਮੈਂ ਪਰਮੇਸ਼ਰ ਦੇ ਰਾਜ ਤੋਂ ਬਾਹਰ ਆ ਇਸ ਧਰਤੀ ਦੇ ਉੱਤੇ ਮੈਂ ਪਰਮੇਸ਼ਰ ਦੇ ਰਾਜ ਤੋਂ ਬਾਹਰ ਜੀ ਰਿਹਾ ਤਾਂ ਜਿਹੜਾ ਉੱਤਮ ਪਿਆਰ ਆ ਉਹ ਪ੍ਰਭੂ ਯਸੂਦਾਸੀ ਜਿਹੜਾ ਪਿਆਰ ਸਾਨੂੰ ਕਰਨ ਦੇ ਲਈ ਕਿਹਾ ਗਿਆ ਦੂਸਰਾ ਪਿਆਰ ਉਹ ਇਹ ਹੈ ਔਰ ਵਚਨ ਦੇ ਵਿੱਚ ਲਿਖਿਆ ਹੁਣ ਮੈਂ ਤੁਹਾਨੂੰ ਉੱਤਮ ਰਾਹ ਦੇ ਦੱਸਦਾ ਹਾਂ ਬੇਸ਼ੱਕ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਬੋਲੀਆਂ ਕਿਉਂ ਨਾ ਬੋਲਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਟੰਣ ਟੰਣ ਕਰਦੇ ਟਲ ਜਾਂ ਛਣ ਛਣ ਕਰਦੇ ਹੋਏ ਛਾਣੇ ਦੀ ਤਰ੍ਹਾਂ ਹਾਂ। ਬੇਸ਼ੱਕ ਮੇਰੇ ਕੋਲ ਗੰਮੀ ਬਾਤ ਕਰਨ ਦੀ ਦਾਤ, ਸਭ ਗੁਪਤ ਭੇਤਾਂ ਦਾ ਗਿਆਨ ਅਤੇ ਸਭ ਤਰ੍ਹਾਂ ਦੀ ਸਮਝ ਕਿਉਂ ਨਾ ਹੋਵੇ। ਇੱਥੋਂ ਤੱਕ ਕਿ ਪਹਾੜਾਂ ਨੂੰ ਹਿਲਾ ਦੇਣ ਵਾਲਾ ਵਿਸ਼ਵਾਸ ਕਿਉਂ ਨਾ ਹੋਵੇ। ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਕੁਝ ਵੀ ਨਹੀਂ ਹਾਂ। ਬੇਸ਼ੱਕ ਮੈਂ ਆਪਣਾ ਸਾਰਾ ਤਨਮਾਲ ਪੁਨ ਦਾਨ ਕਿਉਂ ਨਾ ਪੁਨ ਦਾਨ ਵਿੱਚ ਕਿਉਂ ਨਾ ਵੰਡ ਦੇਵਾਂ ਇੱਥੋਂ ਤੱਕ ਕਿ ਆਪਣੇ ਸਰੀਰ ਨੂੰ ਬਾਲਣ ਦੇ ਲਈ ਦੇ ਦੇਵਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤੇ ਮੈਨੂੰ ਸਭ ਦਾ ਕੋਈ ਲਾਭ ਨਹੀਂ ਹੈ ਪਿਆਰ ਸਹਿਨਸ਼ੀਲ ਅਤੇ ਦਿਆਲੂ ਹੈ ਪਿਆਰ ਇਰਖਾਲੂ ਨਹੀਂ ਹੰਕਾਰੀ ਨਹੀਂ ਹਠੀ ਨਹੀਂ ਹੈ ਪਿਆਰ ਬੁਰਾ ਵਰਤਾਅ ਨਹੀਂ ਕਰਦਾ ਆਪਣਾ ਲਾਭ ਨਹੀਂ ਦੇਖਦਾ ਚਿਰਦਾ ਨਹੀਂ ਆਪਣੇ ਅਤੇ ਬੁਰਾਈ ਤੋਂ ਪ੍ਰਸੰਨ ਨਹੀਂ ਹੁੰਦਾ ਸਗੋਂ ਸਚਾਈ ਤੋਂ ਪ੍ਰਸਾਨ ਹੁੰਦਾ ਹੈ ਪਿਆਰ ਸਭ ਗੱਲਾਂ ਸਹਾਰ ਲੈਂਦਾ ਹੈ ਸਭ ਗੱਲਾਂ ਦਾ ਵਿਸ਼ਵਾਸ ਕਰਦਾ ਅਤੇ ਸਭ ਗੱਲਾਂ ਤੇ ਆਸ਼ਾ ਰੱਖਦਾ ਹੈ ਅਤੇ ਸਭ ਗੱਲਾਂ ਝੱਲ ਲੈਂਦਾ ਹੈ ਪਿਆਰ ਦਾ ਕੋਈ ਅੰਤ ਨਹੀਂ ਅਗੰਮੀ ਬਾਖ ਹੋਣਗੇ ਉਹਨਾਂ ਦਾ ਅੰਤ ਹੋ ਜਾਵੇਗਾ ਵਖ ਵਖ ਬੋਲੀਆਂ ਹੋਣਗੀਆਂ ਉਹ ਵੀ ਖਤਮ ਹੋ ਜਾਣਗੀਆਂ ਗਿਆਨ ਹੋਵੇਗਾ ਵਿਅਰਥ ਹੋ ਜਾਵੇਗਾ ਕਿਉਂਕਿ ਸਾਡਾ ਗਿਆਨ ਅਧੂਰਾ ਅਤੇ ਸਾਡਾ ਸਾਡਾ ਅਗੰਮੀ ਬਾਖ ਵੀ ਅਪੂਰਨ ਹੈ ਪਰ ਜੋ ਪੂਰਨ ਜਦੋਂ ਜਦੋਂ ਪੂਰਨ ਆਵੇਗਾ ਤਾਂ ਅਪੂਰਨਤਾ ਆਪਣੇ ਆਪ ਖਤਮ ਯਾ ਦਸੀ ਪ੍ਰਭੂ ਦਾ ਵਚਨ ਦੇਖਦੇ ਆ ਪ੍ਰਭੂ ਦੇ ਇਸ ਪਿਆਰ ਨੂੰ ਦੇਖਦੇ ਆ ਇਸ ਪ੍ਰਭੂ ਯਿਸੂ ਮਸੀਹ ਦੇ ਇੱਕ 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 ਹਿੱਸੇ ਨੂੰ ਦੇਖਦੇ ਆ ਜੋ ਸਾਨੂੰ ਦੇਣਾ ਮੰਗਦਾ ਜੋ ਸਾਨੂੰ ਦੇਣਾ ਮੰਗਦਾ ਕਿਉਂਕਿ ਇਨਸਾਨ ਦਾ ਜਿਹੜਾ ਪਿਆਰ ਆ ਉਹ ਲਾਲਸਾ ਆ ਦਾ ਹਿਊਮਨ ਲਵ ਇਜ਼ ਅ ਲਸਟ ਇਜ਼ ਨੋ ਮੋਰ ਦੈਨ ਲਸਟ ਕਿਉਂ ਕਿਉਂਕਿ ਉਹਦੇ ਵਿੱਚ ਸਾਡਾ ਆਪਣਾ ਆਪਣਾ ਜਿਹੜਾ ਸਵੈ ਪਿਆਰ ਆ ਉਹ ਛੁਪਿਆ ਆ ਉਹ ਛੁਪਿਆ ਆ ਅਗਰ ਅਸੀਂ ਕਹਿੰਨੇ ਕਿ ਮੇਰੇ ਵਿੱਚ ਪਿਆਰ ਆ ਪਰ ਉਸ ਪਿਆਰ ਦੇ ਵਿੱਚ ਆਹ ਚੀਜ਼ਾਂ ਹੈ ਨਹੀਂ ðiis things are not there this is the definition ਕਿਸੇ ਵੀ ਕਿਸੇ ਵੀ ਚੀਜ਼ ਨੂੰ ਕਿਸੇ ਵੀ ਕਿਸੇ ਵੀ ਚੀਜ਼ ਨੂੰ ਪੂਰਾ ਕਰਨ ਦੇ ਲਈ ਉਹਦੀ ਡੈਫੀਨੇਸ਼ਨ ਦਾ ਪੂਰਾ ਹੋਣਾ ਜ਼ਰੂਰੀ ਆ ਅਗਰ ਡੈਫੀਨੇਸ਼ਨ ਪੂਰੀ ਨਹੀਂ ਹੋ ਰਹੀ ਤਾਂ ਉਹ ਚੀਜ਼ अधूरी ਆ ਅਗਰ ਇਹਦੇ ਵਿੱਚੋਂ ਅਸੀਂ ਕਹੀਏ ਕਿ ਇੰਨੇ ਆਹ ਤਾਂ ਚੀਜ਼ਾਂ ਮੇਰੇ 'ਚ ਹੈਗੀਆਂ ਪਰ ਆਹ ਹੈ ਨਹੀਂ ਆਹ ਮਾਈਨਸ ਆ ਉਹ ਅਧੂਰਾਪਾਨ ਤੇ ਪੂਰਾ ਕਿਵੇਂ ਹੋਵੇਗਾ ਦੇਖੋ ਇਹ ਪਿਆਰ ਦਾ ਅਗਰ ਅਸੀਂ ਆਪਣੇ ਆਪ ਨੂੰ ਇਹ ਦੇਖਣਾ ਮੰਗਦੇ ਆ ਕਿ ਹੇ ਮੇਰੇ ਮਨ ਤੇਰੇ ਵਿੱਚ ਪਿਆਰ ਹੈ ਕਿਸੇ ਦੇ ਲਈ ਨਹੀਂ ਭਾਈ ਆਪਣੀ ਆਤਮਾ ਦੇ ਲਈ ਆਪਣੀ ਆਤਮਾ ਦੇ ਲਈ ਮੈਨੂੰ ਤਾਂ ਆਪਣੀ ਆਤਮਾ ਦੀ ਪਈ ਉਹ ਮੈਨੂੰ ਤਾਂ ਆਪਣੇ ਆਪ ਦੀ ਪਈ ਉਹ ਕਿ ਕੀ ਮੇਰੀ ਆਤਮਾ ਠੀਕ ਆ ਐ ਮਾਈ ਓਕੇ ਕੀ ਮੈਂ ਬਹੁਤ ਸਮਿਆਂ ਦੇ ਵਿੱਚ ਦੇਖਦਾ ਕਿ ਥਿਸ ਇਜ਼ ਨਾਟ ਇਨ ਮੀ ਯੈਸ ਕੀ ਇਹ ਦੂਰ ਆਪਨ ਮੇਰੇ ਅੰਦਰ ਆਉਂਦਾ ਬਿਲਕੁਲ ਆਉਂਦਾ ਕੀ ਜਿਹੜੇ ਅਸੀਂ ਆਫਗੁਣ ਪੜੇ ਸੀ ਉਹ ਮੇਰੇ ਅੰਦਰ ਹੈਗੇ ਬਿਲਕੁਲ ਹੈਗੇ ਲੇਕਿਨ ਇੱਕ ਭਲਾ ਰਸਤਾ ਸਾਨੂੰ ਲੱਭ ਗਿਆ ਕਿ ਅਸੀਂ ਪ੍ਰਭੂ ਯਸੂਤੋ ਜਾ ਸਕਦੇ ਹਾਂ ਪ੍ਰਭੂ ਯਸੂਤੋ ਜਾ ਸਕਦੇ ਹਾਂ ਉਹ ਮੰਗੇ ਤੇ ਪਵਿੱਤਰ ਆਤਮਾ ਦਿੰਦਾ ਔਰ ਪਵਿੱਤਰ ਆਤਮਾ ਦੇ ਨਾਲ ਉਸਦੇ ਫਲ ਆਉਂਦੇ ਆ ਜਦ ਅਸੀਂ ਉਸ ਤੋਂ ਮਾਫੀ ਦਾ ਦਾਨ ਮੰਗਦੇ ਆ ਤੇ ਉਹ ਮੇਰੇ ਇਨਸਾਨੀ ਗੁਨਾਹਾਂ ਨੂੰ ਧੋਂਦਾ ਔਰ ਮੰਗਣ ਦੇ ਨਾਲ ਉਹ ਪਵਿੱਤਰ ਆਤਮਾ ਦਿੰਦਾ ਔਰ ਜਦ ਪਵਿੱਤਰ ਆਤਮਾ ਆਉਂਦੀ ਤੇ ਉਸਦੇ ਇਹ ਫਲ ਮੇਰੇ ਅੰਦਰ ਪਵਿੱਤਰ ਆਤਮਾ ਦੀ ਹਜ਼ੂਰੀ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਇਨਸਾਨ ਨੂੰ ਪਾਪ ਤੋਂ ਕਿਣਾ ਹੁੰਦੀ ਆ ਇਨਸਾਨ ਨੂੰ ਆਪਣਾ ਪਾਪ ਦਿਖਣ ਲੱਗ ਪੈਂਦਾ ਪਵਿੱਤਰ ਆਤਮਾ ਉਹ ਸ਼ੀਸ਼ਾ ਜਿਹੜਾ ਇਨਸਾਨ ਦੇ ਚਾਰੇ ਪਾਸੇ ਲੱਗਾ ਆ ਜਿਸ ਤਰ੍ਹਾਂ ਕਿ ਇੱਕ ਸ਼ੀਸ਼ੇ ਦਾ ਇੱਕ ਸ਼ੀਸ਼ੇ ਦਾ ਡੱਬਾ ਬਣਾ ਦਿੱਤਾ ਜਾਵੇ ਜਿਹਦੇ ਵਿੱਚ ਦੀ ਇਨਸਾਨ ਸਿਰਫ ਉਸ ਮਿਰਰ ਦੇ ਵਿੱਚ ਹਰ ਪਾਸਿਓਂ ਆਪਣੇ ਆਪ ਨੂੰ ਹੀ ਦੇਖਦਾ ਹੋ ਜਿਉ ਸੱਜੇ ਮੁੜੇ ਤਾਂ ਵੀ ਉਸ ਨੂੰ ਆਪਣਾ ਆਪ ਦਿਸੇ ਜਿਉ ਖੱਬੇ ਮੁੜੇ ਤਾਂ ਆਪਣਾ ਆਪ ਦਿਸੇ ਅਗਰ ਪਿੱਛੇ ਨੂੰ ਮੁੜੇ ਤਾਂ ਆਪਣਾ ਆਪ ਦਿਸੇ ਪਵਿੱਤਰ ਆਤਮਾ ਇਨਸਾਨ ਦੇ ਆਲੇ ਦੁਆਲੇ ਲਿਆ ਕੇ ਉਹ ਸ਼ੀਸ਼ਾ ਲਾਉਂਦਾ ਔਰ ਉਸ ਨੂੰ ਅੰਦਰ ਤਾਂ ਇਹ ਦਖੋਂਦਾ ਕਿ ਤੂੰ ਕੌਣ ਔਰ ਫਿਰ ਇਨਸਾਨ ਉਸ ਪਾਪ ਦੀ ਜਦ ਮਾਫੀ ਮੰਗਦਾ ਤਾਂ ਫਿਰ ਪਵਿੱਤਰ ਆਤਮਾ ਦੀ ਹਜ਼ੂਰੀ ਇਨਸਾਨ ਦੇ ਅੰਦਰ ਆਉਂਦੀ ਹੈ ਉਹਨੂੰ ਧੁੰਦੀ ਆ ਔਰ ਇਸ ਪਿਆਰ ਦੇ ਨਾਲ ਪਰਦੀ ਆ ਕਿਸ ਪਿਆਰ ਦੇ ਨਾਲ ਭਰਦੀ ਆ ਜਿਹੜਾ ਸਹਿਨਸ਼ੀਲ ਆ ਦਿਆਲੂ ਆ ਇਹ ਖਾਲੂਰਾ ਅਕ ਖਾਲੂ ਨਹੀਂ ਹੰਕਾਰੀ ਨਹੀਂ ਹਠੀ ਨਹੀਂ ਬੁਰਾ ਨਹੀਂ ਚਾਹੁੰਦਾ ਆਪਣਾ ਲਾ ਨਹੀਂ ਚਾਹੁੰਦਾ ਚਿਰਦਾ ਨਹੀਂ ਅਬ ਬੁਰਾਈ ਤੋਂ ਪ੍ਰਸੰਨ ਨਹੀਂ ਹੁੰਦਾ ਸਚਾਈ ਤੋਂ ਪ੍ਰਸਾਨ ਹੁੰਦਾ ਸਾਰੀਆਂ ਗੱਲਾਂ ਸਹਾਰ ਲੈਂਦਾ ਸਭ ਗੱਲਾਂ ਤੇ ਵਿਸ਼ਵਾਸ ਕਰਦਾ ਔਰ ਸਾਰੀਆਂ ਗੱਲਾਂ ਚੱਲ ਲੈਂਦਾ ਥਿਸ ਇਜ਼ ਜੀਜ਼ਸ ਪਰਬੂ ਯਸੂ ਨੇ ਇਹ ਸਾਰੀਆਂ ਗੱਲਾਂ ਚੱਲੀਆਂ ਹੈ ਬਾਪ ਇਹਨਾਂ ਨੂੰ ਮਾਫ ਕਰੇ ਨਹੀਂ ਜਾਣਦੇ ਇਹ ਕੀ ਕਰਦੇ ਆ ਪ੍ਰਬੂ ਯਸੂ ਮਸੀ ਉਸ ਵੇਲੇ ਉਸ ਵੇਲੇ ਕਾਊਚ ਤੇ ਨਹੀਂ ਬੈਠੇ ਹੋ ਸੀ ਜਿਸ ਵੇਲੇ ਉਹਨਾਂ ਨੇ ਇਹ ਚੀਜ਼ ਕਹੀ ਆ ਜャ ਉਹ ਲੇਜੀ ਬੋਏ ਦੇ ਉੱਤੇ ਲੰਮੇ ਨਹੀਂ ਸੀ ਪਇਓ ਆਪਣੀ ਸਲੀਵ ਦੇ ਉੱਤੇ ਸੀ ਦੇ ਅਦੋਨ ਨੇ ਕੀ ਹੈ ਬਾਪ ਇਹਨਾਂ ਨੂੰ ਮਾਫ ਕਰੇ ਨਹੀਂ ਜਾਣਦੇ ਇਹ ਕੀ ਕਰਦੇ ਆ ਅਸੀਂ ਲੇਜੀ ਬੋਏ ਤੇ ਬੈ ਕੇ ਵੀ ਨਹੀਂ ਇਹ ਕਹਿ ਸਕਦੇ ਅਸੀਂ ਆਪਣੇ ਕਾਊਚ ਤੇ ਬੈਠ ਕੇ ਵੀ ਨਹੀਂ ਇਹ ਕਹਿ ਸਕਦੇ ਅਸੀਂ ਨਿੱਕੀਆਂ ਨਿੱਕੀਆਂ ਜਿਦਾਂ ਦੇ ਨਾਲ ਆਪਣੀ ਜ਼ਿੰਦਗੀ ਜਿਉਂਨੇ ਪਏ ਆ ਔਰ ਕਿਦਾਂ ਸਾਡਾ ਸਾਡਾ ਕਿਦਾਂ ਸਾਡੀ ਆਤਮਾ ਪਰਮੇਸ਼ਵਰ ਦੇ ਰਾਜ ਦੇ ਵਿੱਚ ਦਾਖਲ ਰਹੇਗੀ ਪਰਮੇਸ਼ਵਰ ਦੀ ਸਹਾਇਤਾ ਦੇ ਨਾਲ ਚੱਲ ਸਕੇਗੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਉਸ ਸਹਾਇਤ ਦਾ ਇਹ ਮਤਲਬ ਹੈ ਕਿ ਤੁਸੀਂ ਸਵਰਗ ਨੂੰ ਨਹੀਂ ਜਾਓਗੇ ਤੁਸੀਂ ਸਵਰਗ ਨੂੰ ਜਾਓਗੇ ਕਿਉਂਕਿ ਪਰਮੇਸ਼ਵਰ ਨੇ ਤੁਹਾਡੀ ਕੀਮਤ ਦਿੱਤੀ ਆ ਪਰਮੇਸ਼ਵਰ ਨੇ ਧਰਤੀ ਦੀਆਂ ਨੀਆਂ ਰੱਖਣ ਤੋਂ ਪਹਿਲਾਂ ਦਾ ਤੁਹਾਨੂੰ ਚੁਣਿਆ ਆ ਤੁਸੀਂ ਪ੍ਰਭੂ ਦੇ ਘਰ ਜਾਓਗੇ ਲੇਕਿਨ ਪਰਮੇਸ਼ਵਰ ਦੇ ਰਾਜ ਦੇ ਵਿੱਚ ਇੱਥੇ ਜ਼ਿੰਦਗੀ ਨਹੀਂ ਬਿਤਾ ਸਕੋਗੇ which is more important than going to heaven ਕਿੰਨਾ ਆਨੰਦ ਉਸ ਜ਼ਿੰਦਗੀ ਦਾ ਕਿ ਜਿਸ ਵੇਲੇ ਇਨਸਾਨ ਨੂੰ ਕਿਸੇ ਚੀਜ਼ ਦਾ ਡਰ ਨਾ ਹੋਵੇ ਚਾਹੇ ਕੋਈ ਬਿੱਲੀ ਨੰਗ ਜਾਏ ਚਾਹੇ ਕੋਈ ਤੁਹਾਡੇ ਘਰ ਦੇ ਮੁਰੇ ਸੰਖੀ ਰੱਖ ਦੇਵੇ ਚਾਹੇ ਕੁਛ ਕਰ ਦੇਵੇ ਤੁਹਾਨੂੰ ਕੋਈ ਡਰ ਨਹੀਂ ਡਰ ਰਹਿਤ ਜ਼ਿੰਦਗੀ ਇਨਸਾਨ ਦੀ ਕਿੰਨੀ عظیم ਉਹ ਜ਼ਿੰਦਗੀ ਹੈ ਜਿਸ ਵੇਲੇ ਇਨਸਾਨ ਨੂੰ ਕਿਸੇ ਕਿਸੇ ਦੀ ਬੁੱਤ ਪ੍ਰਸਤੀ ਨਾ ਕਰਨੀ ਪਵੇ ਔਰ ਬੁੱਤ ਪ੍ਰਸਤਾ ਤੋਂ ਡਰ ਵੀ ਨਾ ਲੱਗੇ ਕਿੰਨੀ ਪਿਆਰੀ ਔ ਜ਼ਿੰਦਗੀ ਜਿਸਲੇ ਇਨਸਾਨ ਨੂੰ ਪਤਾ ਕਿ ਮੈਂ ਕੱਲਾ ਨਹੀਂ ਪ੍ਰਭੂ ਯਿਸੂ ਮੇਰੇ ਨਾਲ ਚਾਹੇ ਮੈਂ ਚਾਹੇ ਮੈਂ ਮੌਤ ਦੀ ਵਾਦੀ ਦੇ ਵਿੱਚ ਦੀ ਕਿਉਂ ਨਾ ਨਗਾਉ ਮੇਰੇ ਨਾਲ ਇਹ ਹੈ ਪ੍ਰਭੂ ਦਾ ਰਾਜ ਇਹ ਹੈ ਪ੍ਰਭੂ ਦਾ ਰਾਜ ਕਿੰਨੀ ਪਿਆਰੀ ਔ ਜ਼ਿੰਦਗੀ ਜਦ ਇਨਸਾਨ ਨੂੰ ਪਤਾ ਕਿ ਮੈਨੂੰ ਪਤਾ ਕਿ ਮੈਂ ਕਿੱਥੇ ਜਾ ਇਹ ਹੈ ਪ੍ਰ부 ਦਾ ਰਾਜ। ਪਰ ਪ੍ਰ부 ਦੇ ਰਾਜ ਦੀ ਜਿਹੜੀ ਸਭ ਤੋਂ ਪਹਿਲਾ ਫਲ ਆ ਪਵਿੱਤਰ ਆਤਮਾ ਜਿਸਲੇ ਪਰਮੇਸ਼ਰ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਤੇ ਉਸ ਦੇ ਫਲ ਸਾਡੀ ਜ਼ਿੰਦਗੀ ਦੇ ਵਿੱਚ ਸ਼ੁਰੂ ਹੁੰਦੇ ਆ ਤੇ ਸਾਨੂੰ ਦਿਖਾ ਦਿੰਦਾ ਦਿਖਾਉਣਾ ਸ਼ੁਰੂ ਕਰਦਾ। ਦਿਸ ਇਜ਼ ਵੈਰੀ ਪਰਸਨਲ ਚਰਚ। ਇਹ ਤਾਂ ਭਾਈ ਆਪਣਾ ਆਪਣਾ ਛੱਜ ਤੇ ਵਿੱਚ ਆਪਣਾ ਆ ਬਿਠਾਇਆ ਆ। ਕਿਸੇ ਮਨੁੱਖ ਨੇ ਇਹ ਕੱਲ ਬੜੀ ਭਲੀ ਕਹੀ ਆ ਕਿ ਇਸ ਤੋਂ ਪਹਿਲਾਂ ਕਿ ਤੁਹਾਨੂੰ ਪ੍ਰਭੂ ਛੱਟੇ ਆਪਣੇ ਆਪ ਨੂੰ ਆਪ ਛੱਟ ਲਓ ਦੁਨੀਆ ਦੇ ਵਿੱਚ ਮੈਂ ਕਿਸੇ ਨੂੰ ਨਹੀਂ ਬਦਲ ਸਕਦਾ ਮੈਂ ਆਪਣੇ ਆਪ ਨੂੰ ਹੀ ਬਦਲ ਸਕਦਾ ਇਸ ਤੋਂ ਪਹਿਲਾਂ ਕਿ ਤੁਹਾਨੂੰ ਪ੍ਰਭੂ ਛੱਟੇ ਆਪਣੇ ਆਪ ਨੂੰ ਛੱਟ ਲਓ ਆਪਣੇ ਨਾਮ ਦੀ ਖਾਤਰ ਉਹ ਮੈਨੂੰ ਠੀਕ ਰਸਤਿਆਂ ਤੇ ਚਲਾਉਂਦਾ ਕੀ ਉਸ ਨੂੰ ਕੀ ਉਹ ਛੱٹےਗਾ ਜੇ ਉਸ ਨੂੰ ਜ਼ਰੂਰਤ ਪਈ ਜ਼ਰੂਰ ਛੱٹےਗਾ ਪਰ ਇਸ ਤੋਂ ਪਹਿਲਾਂ ਪ੍ਰਭੂ ਸਾਨੂੰ ਛੱਟੇ ਆਪਣੇ ਆਪ ਨੂੰ ਆਪ ਛੱਟ ਲਓ ਔਰ ਦੇਖ ਲਓ ਕਿ ਮੇਰੇ ਵਿੱਚ ਕਿਹੜੀ ਚੀਜ਼ ਆ ਜਿਹੜੀ ਮੇਰੇ ਵਿੱਚ ਭਲਾਈ ਆ ਔਰ ਕਿਹੜੀ ਚੀਜ਼ ਆ ਜਿਹੜੀ ਪ੍ਰਭੂ ਦੀ ਨਹੀਂ ਔਰ ਇਸ ਦਾ ਜਾਣਾ ਜ਼ਰੂਰੀ ਆ ਉਹ ਆਪਣੇ ਆਪ ਤਾਂ ਨਹੀਂ ਜਾਏਗੀ ਉਹ ਪ੍ਰਭੂ ਤੋਂ ਮੰਗਣਾ ਪਏਗਾ ਕਿ हे ਪ੍ਰਭੂ ਮੇਰੇ ਤੇ ਕਿਰਪਾ ਕਰ ਕਿ ਇਹ ਚੀਜ਼ਾਂ ਮੇਰੇ ਵਿੱਚੋਂ ਜਾਣ ਦੇਖੋ ਪ੍ਰਭੂ ਦਾ عظیم ਪਿਆਰ ਜਿਹੜਾ ਉਸਨੇ ਸਾਨੂੰ ਦਿਖਾਇਆ ਇਸ ਹਿੱਸੇ ਦੇ ਵਿੱਚ ਇਹ ਹਿੱਸੇ ਮੈਂ ਤੁਹਾਨੂੰ ਬਾਰ-ਬਾਰ ਦੇ ਰਿਹਾ ਇਹਦਾ ਰੀਜ਼ਨ ਹੈ ਮੈਂ ਤੁਹਾਨੂੰ ਕਿਉਂ ਬਾਰ-ਬਾਰ ਦੇ ਰਿਹਾ ਇਹਦਾ ਰੀਜ਼ਨ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਜਾਣੀਏ ਇਹ ਮਸੀਹੀ ਜ਼ਿੰਦਗੀ ਆ masi he masi he zindigia masi de he masi he zindagiya masi de wang he masi he ji jandi to live a christian life you have to be christ-like and it is a very tough 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 place ਬੜਾ ਔਖੀ ਜਗ੍ਹਾ ਆਏ ਹੈ ਲੇਕਿਨ ਪ੍ਰਭੂ ਨੇ ਪ੍ਰਭੂ ਨੇ ਸਾਨੂੰ ਕਰਕੇ ਦਿਖਾਇਆ ਖੁਦਾਵਾਨ ਨੇ ਕੋਈ ਕੰਮ ਸਾਨੂੰ ਐਸਾ ਕਰਨ ਦੇ ਲਈ ਨਹੀਂ ਕਿਹਾ ਜਿਹੜਾ ਉਹਨੇ ਆਪ ਨਹੀਂ ਕੀਤਾ ਇੱਕ ਵੀ ਅਰ ਪਵਿੱਤਰ ਹੁੰਦਿਆਂ ਹੋਇਆਂ ਉਹਨੇ ਉਹ ਕੰਮ ਕੀਤੇ ਜਿਹੜੇ ਸਾਨੂੰ ਉਹ ਪਵਿੱਤਰਾਂ ਨੂੰ ਕਰਨ ਦੇ ਲਈ ਉਹ ਕਹਿ ਰਿਹਾ। ਵਚਨ ਦੇ ਵਿੱਚ ਲਿਖਿਆ ਪ੍ਰਸਾਦ ਦੇ ਤਿਹਾਰ ਤੋਂ ਪਹਿਲਾਂ ਯਿਸੂ ਨੇ ਇਹ ਜਾਣ ਕੇ ਕਿ ਉਹ ਕੜੀ ਆ ਪਹੁੰਚੀ ਹੈ ਜਦੋਂ ਕਿ ਉਹਨਾਂ ਨੂੰ ਇਸ ਦੁਨੀਆ ਵਿੱਚੋਂ ਛੱਡ ਕੇ ਪਿਤਾ ਦੇ ਕੋਲ ਜਾਣਾ ਹੈ ਆਪਣਿਆਂ ਜਿਨ੍ਹਾਂ ਨੂੰ ਉਹਨਾਂ ਨੇ ਸਦਾ ਪਿਆਰ ਕੀਤਾ ਜਿਹੜੇ ਇਸ ਸੰਸਾਰ ਦੇ ਵਿੱਚ ਸਨ ਅੰਤ ਤੱਕ ਪਿਆਰ ਕੀਤਾ। ਅੰਤ ਤੱਕ ਪਿਆਰ ਉਹਨਾਂ ਨੇ ਉਹਨਾਂ ਨੂੰ ਪਿਆਰ ਕਰਨਾ ਛੱਡਿਆ ਨਹੀਂ ਇਹ ਜਾਣਦੇ ਹੋયા ਕਿ ਉਹਨਾਂ ਸਾਰਿਆਂ ਨੇ ਦੌੜ ਜਾਣਾ ਉਹਨਾਂ ਸਾਰਿਆਂ ਨੇ ਉਹਨੂੰ ਛੱਡ ਜਾਣਾ ਔਰ ਅਗਲੀ ਚੀਜ਼ ਦੇਖੋ ਯਸੂ ਅਤੇ ਉਹਨਾਂ ਦੇ ਚੇਲੇ ਭੋਜਨ ਕਰ ਰਹੇ ਸਨ ਸ਼ੈਤਾਨ ਪਹਿਲਾਂ ਹੀ ਸ਼ਮਾਉਂ ਦੇ ਪੁੱਤਰ ਯਹੂਦਾ ਇਸ ਕਰੋਤੀ ਦੇ ਮਨ ਦੇ ਵਿੱਚ ਇਹ ਵਿਚਾਰ ਪਾ ਚੁੱਕਿਆ ਸੀ ਕਿ ਉਹ ਯਿਸੂ ਨੂੰ ਫੜਵਾਏ ਇਹ ਜਾਣਦੇ ਹੋਏ ਕਿ ਪਿਤਾ ਨੇ ਸਭ ਕੁਝ ਉਨ੍ਹਾਂ ਦੇ ਹੱਥ ਦੇ ਵਿੱਚ ਸੌਂਪ ਦਿੱਤਾ ਹੈ ਅਤੇ ਉਹ ਪਰਮੇਸ਼ਰ ਕੋਲੋਂ ਆਏ ਹਨ ਅਤੇ ਪਰਮੇਸ਼ਰ ਦੇ ਕੋਲ ਵਾਪਸ ਜਾ ਰਹੇ ਹਨ ਉਨ੍ਹਾਂ ਨੇ ਭੋਜਨ ਤੋਂ ਉੱਠ ਕੇ ਆਪਣੇ ਬਾਹਰੀ ਕੱਪੜੇ ਉਤਾਰ ਕੇ ਇੱਕ ਪਰਨਾ ਲੈ ਕੇ ਆਪਣੇ ਲੱਕ ਦੇ ਦੁਆਲੇ ਬੰਨ ਲਿਆ ਅਤੇ ਫਿਰ ਉਨ੍ਹਾਂ ਨੇ ਇੱਕ ਪਾਂਡੇ ਦੇ ਵਿੱਚ ਪਾਣੀ ਪਾਇਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਦੇ ਦੁਆਲੇ ਬੰਨੇ ਪਰਨੇ ਦੇ ਨਾਲ ਪੈਰਾਂ ਨੂੰ ਪੈਰਾਂ ਨੂੰ ਪੂੰਜਣ ਲੱਗੇ ਦੇਖੋ ਧਿਆਨ ਦੇ ਨਾਲ ਵਚਨ ਦੇ ਵਿੱਚ ਕਿਹੜੀ ਚੀਜ਼ ਲਿਖੀ ਆ ਇਹ ਜਾਣਦੇ ਹੋਏ ਕਿ ਮੈਂ ਕਿੱਥੋਂ ਆਇਆ ਮੈਂ ਕਿੱਥੇ ਜਾ ਰਿਹਾ ਔਰ ਸਾਰਾ ਅਧਿਕਾਰ ਉਹਨਾਂ ਦੇ ਹੱਥਾਂ ਦੇ ਵਿੱਚ ਸਾਡੇ ਤਾਂ ਹੱਥ ਦੇ ਵਿੱਚ ਅਧਿਕਾਰ ਵੀ ਨਹੀਂ ਹੁੰਦਾ ਅਸੀਂ ਤਾਂ ਵੀ ਦੂਜੇ ਬੰਦੇ ਦਾ ਜੀਣਾ ਹਰਾਮ ਕਰ ਦਿੰਦੇ ਕੁਝ ਨਹੀਂ ਹੁੰਦਾ ਸਾਡੇ ਕੋਲ ਪਰ ਲੇਕ ਅਖਰ ਨਹੀਂ ਹੁੰਦਾ ਤਾਂ ਵੀ ਅਸੀਂ ਦੂਜੇ ਬੰਦੇ ਦਾ ਜੀਣਾ ਹਰਾਮ ਕਰ ਦਿੰਦੇ ਆ ਲੇਕਿਨ ਉਹ ਵਚਨ ਜੇ ਅਧਕਾਰ ਆ ਕਿ ਸਾਰੀ ਦੁਨੀਆ ਦਾ ਅਧਕਾਰ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਬੰਦਾ ਮੋਹਰੇ ਖੜਾ ਜਿਸਨੇ ਉਹਨਾਂ ਨੂੰ 30 ਸਿੱਕਿਆਂ ਦਾ ਵੇਚਣਾ ਆ ਜਿੰਨ ਪਹਿਲਾਂ ਜਿਸਨੇ ਆਪਣੇ ਆਪ ਨੂੰ ਸ਼ੈਤਾਨ ਦੇ ਕੋਲੋਂ ਵੇਚ ਦਿੱਤਾ ਆ ਔਰ ਇਹ ਪੱਕਾ ਆਪਣੇ ਮਨ ਦੇ ਵਿੱਚ ਵਿਚਾਰ ਬਣਾ ਚੁੱਕਾ ਕਿ ਮੈਂ ਪ੍ਰਭੂ ਯਿਸੂ ਮਸੀਹ ਨੂੰ ਵੇਚਣਾ ਹੈ। ਉੱਥੋਂ ਉੱਠਿਆ ਲੱਕ ਦੇ ਦੁਆਲੇ ਕੱਪੜਾ ਬੰਨ੍ਹਿਆ ਪਾਣੀ ਲਿਆ ਪਹਿਲਾਂ ਉਹਦੇ ਪੈਰ ਧੋਤੇ। ਐਂਡ ਦੈਸ ਲਵ। ਇਹ ਪਿਆਰ ਆ। ਇਹ ਪਿਆਰ ਆ। ਇਹ ਉਹ ਪਿਆਰ ਆ। ਜਿਹੜਾ ਪ੍ਰਭੂ ਨੇ ਸਾਨੂੰ ਕਰਨ ਦੇ ਲਈ ਕਿਹਾ ਉਸ ਦਿਵਸ ਨੇ ਸਾਨੂੰ ਇੱਕ ਐਗਜ਼ੈਂਪਲ ਦਿੱਤੀ ਆ ਕਿ ਪਿਆਰ ਐਦਾਂ ਕੀਤਾ ਜਾਂਦਾ। ਇਸ ਲਈ ਅਸੀਂ ਵਾਪਸ ਹੋਨੇ ਆ ਤੇ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਚੀਜ਼ ਇੱਕ ਚੀਜ਼ ਲਿਖੀ ਗਈ ਆ ਔਰ ਆਓ ਉਸ ਨੂੰ ਅਸੀਂ ਦੁਆਰਾ ਦੇਖੀਏ। ਮੇਰੇ ਨਾਲ 13ਵਾਂ ਭਾਗ ਉਸ ਦੀ ਚੌਥੀ ਆਇਤ ਦੇ ਵਿੱਚ ਆਓ ਔਰ ਦੇਖੋ ਵਚਨ ਦੇ ਵਿੱਚ ਕੀ ਲਿਖਿਆ। ਕਹਿੰਦਾ ਪਿਆਰ ਸਹਿਨਸ਼ੀਲ ਹੈ, ਦਿਆਲੂ ਹੈ। ਇਰ ਖੱਲੂ ਨਹੀਂ ਹੰਕਾਰ ਹੀ ਨਹੀਂ ਹਠੀ ਨਹੀਂ ਪਿਆਰ ਬੁਰਾ ਵਰਤਾਓ ਨਹੀਂ ਕਰਦਾ ਆਪਣਾਈ ਖਿਲਾਫ ਨਹੀਂ ਦੇਖਦਾ ਚਿੜਦਾ ਨਹੀਂ ਅਤੇ ਬੁਰਾਈ ਤੋਂ ਪ੍ਰਸੰਨ ਨਹੀਂ ਹੁੰਦਾ ਸਗੋਂ ਸਚਾਈ ਤੋਂ ਪ੍ਰਸੰਨ ਹੁੰਦਾ ਹੈ ਪਿਆਰ ਸਭ ਗੱਲਾਂ ਸਹਾਰ ਲੈਂਦਾ ਹੈ ਸਭ ਗੱਲਾਂ ਤੇ ਵਿਸ਼ਵਾਸ ਕਰਦਾ ਹੈ ਅਤੇ ਅਤੇ ਸਭ ਗੱਲਾਂ ਵਿੱਚ ਤੇ ਆਸ਼ਾ ਰੱਖਦਾ ਹੈ ਸਭ ਗੱਲਾਂ ਚੱਲ ਲੈਂਦਾ ਹੈ ਪਿਆਰ ਦਾ ਕੋਈ ਅੰਤ ਨਹੀਂ ਅਗੰਮੀ ਵਾਕ ਹੋਣਗੇ ਤਾਂ ਉਹਨਾਂ ਦਾ ਅੰਤ ਹੋ ਜਾਵੇਗਾ ਵਕ ਵਕ ਬੋਲੀਆਂ ਹੋਣਗੀਆਂ ਖਤਮ ਹੋ ਜਾਣਗੀਆਂ ਗਿਆਨ ਹੋਵੇਗਾ ਤੇ ਵਿਅਰਥ ਹੋ ਜਾਵੇਗਾ ਸਾਡਾ ਗਿਆਨ ਅਧੂਰਾ ਤੇ ਅਗੰਮੀ ਵਾਕ ਪੂਰਨ ਹੈ ਜਦੋਂ ਪੂਰਨ ਆਏਗਾ ਤਾਂ ਅਪੂਰਨ ਆਪਣੇ ਆਪ ਖਤਮ ਹੋ ਜਾਵੇਗਾ ਜਦੋਂ ਮੈਂ ਬੱਚਾ ਸੀ ਤਾਂ ਬੱਚੇ ਦੀ ਤਰ੍ਹਾਂ ਬੋਲਦਾ ਸੋਚਦਾ ਤੇ ਬਹਿਸ ਕਰਦਾ ਸੀ ਪਰ ਹੁਣ ਮੈਂ ਪੂਰਨ ਮਨੁੱਖ ਹਾਂ ਅਤੇ ਆਪਣੀਆਂ ਆਪਣੀਆਂ ਬੱਚਿਆਂ ਵਾਲੀਆਂ ਸਭ ਆਤਾਂ ਛੱਡ ਦਿੱਤੀਆਂ ਹਨ ਹਨ ਇਸ ਵੇਲੇ ਸ਼ੀਸ਼ੇ ਦੇ ਵਿੱਚ ਅਸਪਸ਼ਟ ਪ੍ਰਤੀਬਿੰਬ ਦੇਖ ਰਹੇ ਹਾਂ ਉਸ ਵੇਲੇ ਅਸੀਂ ਸਪਸ਼ਟ ਦੇਖਾਂਗੇ ਉਸ ਸਮੇਂ ਮੇਰਾ ਗਿਆਨ ਅਪੂਰਨ ਹੋਵੇਗਾ ਉਸ ਸਮੇਂ ਉਸ ਉਸ ਸਮੇਂ ਉਸ ਸਮੇਂ ਪੂਰਨ ਹੋਵੇਗਾ ਜਿਸ ਤਰ੍ਹਾਂ ਕੇ ਪਰਮੇਸ਼ਰ ਮੇਰਾ ਪੂਰਨ ਗਿਆਨ ਰੱਖਦਾ ਰੱਖਦਾ ਹੈ ਸਭ ਗੱਲਾਂ ਦਾ ਨਚੋੜੇ ਹੈ ਵਿਸ਼ਵਾਸ ਆਸ਼ਾ ਪਿਆਰ ਇਹ ਤਿੰਨੇ ਅਨੰਤ ਹਨ ਪਰ ਸਭ ਤੋਂ ਉੱਤਮ ਪਿਆਰ ਹੈ ਐਸੇ ਹੀ ਕਰਕੇ ਕਿਉਂਕਿ ਪਿਆਰ ਜਿਹੜੇ ਜਿਸ ਪਿਆਰ ਦੀ ਪ੍ਰਭੂ ਯਿਸੂ ਗੱਲ ਕਰਦਾ ਪਿਆ ਉਹ ਸਾਡਾ ਪਿਆਰ ਨਹੀਂ ਆ ਕਾਸ਼ ਕਿ ਉਹ ਸਾਡਾ ਪਿਆਰ ਅੱਜ ਦੁਨੀਆ ਦੇ ਵਿੱਚ ਜੋ ਦੁਨੀਆ ਦਾ ਹਾਲ ਆ ਇਹ ਦੁਨੀਆ ਦਾ ਹਾਲ ਹੋਇਆ ਨਾ ਹੁੰਦਾ ਇਹ ਪਿਆਰ ਪ੍ਰਭੂ ਦਾ ਆਪਣਾ ਪਿਆਰ ਇਹ ਪਿਆਰ ਮੰਗੇ ਤੇ ਮਿਲਦਾ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਮੇਰੇ ਨਾਲ ਆਖਰੀ ਸਫੇ ਦੇ ਉੱਤੇ ਆ ਜਾਓ ਜਿਸ ਨੇ ਸਾਨੂੰ ਉਚਿਤ ਠਹਿਰਾਇਆ ਉਹ ਇਸ ਦੇ ਲਈ ਵੀ ਸਾਨੂੰ ਉਚਿਤ ਠਹਿਰਾਉਂਦਾ ਇਸ ਲਈ ਅਸੀਂ ਪ੍ਰਭੂ ਦੇ ਬਚਨ ਦੇ ਵਿੱਚ ਦੇਖਦੇ ਆਂ ਤੇ ਪੰਜਵਾਂ ਭਾਗ ਰੋਮਨਜ਼ ਦਾ ਉਸ ਦੀ 1 ਤੋਂ ਲੈ ਕੇ 5 ਆਇਤ ਤਾਈਂ ਪ੍ਰਭੂ ਦੇ ਬਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਪਿਆਰ ਨੂੰ ਚਾਹੁੰਦੇ ਆਂ ਕਿ ਪ੍ਰਭੂ ਜੀ ਤੂੰ ਮੈਨੂੰ ਇਹ ਪਿਆਰ ਦੇ ਕਿਉਂਕਿ ਇਸ ਪਿਆਰ ਦੀ ਹਾਰ ਨਹੀਂ ਹੁੰਦੀ ਇਹ ਪਿਆਰ ਹਮੇਸ਼ਾ ਜਿੱਤਦਾ ਪਰਬੂ ਯਿਸੂ ਮਸੀਹ ਨੇ ਜਦ ਸਾਡੇ ਨਾਲ ਇਹ ਪਿਆਰ ਕੀਤਾ ਸੀ ਤਾਂ ਉਹਦੀ ਹਾਰ ਨਹੀਂ ਸੀ ਹੋਈ ਲਵ ਨੈਵਰ ਫੇਲਸ ਉਹਦਾ ਪਿਆਰ ਹਰਿਆ ਨਹੀਂ ਸੀ ਬਲਕਿ ਉਹਦਾ ਪਿਆਰ ਜਿੱਤਿਆ ਸੀ ਅਗਰ ਉਹਦਾ ਪਿਆਰ ਹਾਰ ਗਿਆ ਹੁੰਦਾ ਤੇ ਪ੍ਰਭੂ ਯਿਸੂ ਮਸੀਹ ਇਕੱਲਾ ਨਹੀਂ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਰੋਮਨ ਗਵਰਨਮੈਂਟ ਨੇ ਸਲੀਬਾਂ ਦਿੱਤੀਆਂ ਰੋਮਨ ਗਵਰਨਮੈਂਟ ਤਾਂ ਹਰ ਹਰ ਰੋਜ਼ ਇਹ 1000 ਬੰਦੇ ਨੂੰ ਸਲੀਬ ਦਿੰਦਾ ਸੀ ਸਲੀਬ ਮਸਲੀਬੀ ਮੌਤ ਲੋਕਾਂ ਨੂੰ ਦੇਣੀ ਤਾਂ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਰੋਜ਼ ਦਾ ਕਿੱਤਾ ਸੀ ਐਨੇ ਸਲੀਬੀ ਮੌਤ ਦੇ ਉੱਤੇ ਮਰੇ ਆ ਸਾਨੂੰ ਸਿਰਫ ਤਿੰਨ ਚਿੱਤੇ ਲੱਖਾਂ ਲੋਕਾਂ ਨੂੰ ਉਹਨਾਂ ਨੇ ਸਲੀਬੀ ਮੌਤ ਦਿੱਤੀ ਆ ਸਾਨੂੰ ਸਿਰਫ ਤਿੰਨਾਂ ਦੀ ਯਾਦ ਆ ਇੱਕ ਨੇ ਪਾਪ ਆਪਣਾ ਮੰਨਿਆ ਨਹੀਂ ਇੱਕ ਨੇ ਆਪਣਾ ਪਾਪ ਮੰਨ ਲਿਆ ਜਿਹੜਾ ਵਿਚ ਸੀਗਾ ਉਸਨੇ ਉਹ ਉਹ ਪਾਪ ਮਾਫ ਕਰਨ ਦੀ ਤਾਕਤ ਰੱਖਦਾ ਸੀ ਉਹ ਪਿਆਰ ਕਰਨ ਦੀ ਤਾਕਤ ਰੱਖਦਾ ਸੀ ਇੱਕ ਉਸ ਇਨਸਾਨ ਦੇ ਪਿਆਰ ਨੂੰ ਅਸੀਂ ਅੱਜ ਇੱਥੇ ਬੈਠੇ ਯਾਦ ਕਰਦੇ ਪਏ ਆ ਜਿਹੜੀ ਮੌਤ ਸਲੀਵ ਤੇ ਹੋਈ ਉਹਦੇ ਪਿਆਰ ਨੂੰ ਯਾਦ ਕਰਦੇ ਪਏ ਉਸ ਸਲੀਵ ਕੀ ਆ ਸਲੀਵ ਉਹ ਹੀ ਦੋ ਹੀ ਦੁੱਖਾ ਜਿਹੜੇ ਉਹਨਾਂ ਲੋਕਾਂ ਦੇ ਵਿੱਚ ਰਹਿ ਕੇ ਉਸ ਨੂੰ ਮਿਲ ਰਹੇ ਸੀ। ਔਰ 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 ਜੋ ਇਨਸਾਨ ਚਾਹੁੰਦਾ ਸੀ ਕਿ ਤੂੰ ਮੇਰੇ ਵਰਗਾ ਬਣ ਜਾ ਤੇ ਉਹ ਨਹੀਂ ਬਣਿਆ। ਉਸ ਨੇ ਉਹ ਪਾਪੀ ਨੂੰ ਪਿਆਰ ਕੀਤਾ। ਉਹ ਜਿਹੜੇ ਜਿਹੜੇ ਟੈਕਸ ਲੈਣ ਵਾਲੇ ਸੀ ਉਹਨਾਂ ਨੂੰ ਪਿਆਰ ਕੀਤਾ। ਕੰਜਰੀਆਂ ਨੂੰ ਨਮੀ ਜ਼ਿੰਦਗੀ ਦਿੱਤੀ ਉਸ ਪਿਆਰ ਦੇ ਕਰਕੇ ਉਸ ਸਲੀਬ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਅੱਜ ਉਸ ਸਲੀਬ ਨੂੰ ਲੋਕ ਉਸ ਪਿਆਰ ਦੇ ਕਰਕੇ ਗਲੇ ਦੇ ਵਿੱਚ ਪਾ ਕੇ ਫਿਰਦੇ ਪਏ ਆ ਤੇ ਉਹਦਾ ਮਤਲਬ ਸਲੀਬ ਦਾ ਮਤਲਬ ਇਹ ਨਹੀਂ ਕਿ ਲੋਕ ਇਸ ਕਰਕੇ ਲੋਕਾਂ ਨੇ ਉਹ ਗਲੇ ਦੇ ਵਿੱਚ ਪਾਈ ਹੋ ਆ ਕਿੱਡੀ ਵੱਡੀ ਮੂਰਖਤਾ ਆ ਕਿ ਲੋਕਾਂ ਨੇ ਤੇ ਗਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਆ ਉਹ ਜਾਂ ਪਰਮੇਸ਼ਰ ਦਾ ਨਾਮ ਪਾਇਆ ਆ ਕਿਸੇ ਨੇ ਓਮ ਪਾਇਆ ਕਿਸੇ ਨੇ ਏਕ ਓਮਕਾਰ ਪਾਇਆ ਕਿਸੇ ਨੇ ਕੁਝ ਹੋਰ ਪਾਇਆ ਔਰ ਕ੍ਰਿਸਚੀਅਨਾਂ ਨੇ ਸਲੀਪ ਪਾਈ ਉਹ ਇੱਕ ਐਸਾ ਯੰਤਰ ਜਿਹਦੇ ਉੱਤੇ ਇਨਸਾਨ ਨੂੰ ਮੌਤ ਦਿੱਤੀ ਜਾਂਦੀ ਆ ਜਦੋਂ ਤਿੰਨ ਇਨਸਾਨ ਨੂੰ ਸਜਾਏ ਮੌਤ ਦਿੱਤੀ ਜਾਂਦੀ ਆ ਅਸੀਂ ਉਹ ਗੱਲ ਚ ਪਾਇਆ ਹੈ ਇੱਕ ਮੌਤ ਦਾ ਸਿੰਬਲ ਕਿਉਂ ਕਿ ਪਰਫੈਕਟ ਪਿਆਰ ਇਨਸਾਨ ਨੂੰ ਉਸ ਸਲੇਵ ਤੇ ਕੀਤਾ ਗਿਆ ਸੀ ਉੱਤਮ ਪਿਆਰ ਉਸ ਸਲੇਵ ਦੇ ਉੱਤੇ ਕੀਤਾ ਗਿਆ ਸੀ ਔਰ ਉਹ ਤਮ ਪਿਆਰ ਉਹ ਇਨਸਾਨ ਨੂੰ ਦੇਣਾ ਮੰਗਦਾ ਇਸ ਪਿਆਰ ਨੂੰ ਮੈਂ ਪੈਦਾ ਨਹੀਂ ਕਰ ਸਕਦਾ ਬਹੁਤ ਸਾਰੇ ਲੋਕ ਆ ਬਹੁਤ ਸਾਰੇ 크੍ਰਿਸਚੀਅਨ ਪੈਣਪਰਾ ਆਇਆ ਜਿਹੜੇ ਇਸ ਪਿਆਰ ਨੂੰ ਆਪਣੀ ਤਾਕਤ ਦੇ ਨਾਲ ਕਰਦੇ ਪਏ ਆ ਲੇਕਿਨ ਸ਼ਬਦਾਂ ਦੇ ਵਿੱਚ ਉਹ ਪਿਆਰ ਆ ਕੰਮਾਂ 'ਚ ਹੈ ਨਹੀਂਗਾ ਸ਼ਬਦਾਂ 'ਚੋਂ ਇਦਾਂ ਲੱਗਦਾ ਜਿਦਾਂ ਬੜਾ ਪਿਆਰ ਕਿਉਂਕਿ ਸਾਡੀ ਕ੍ਰਿਸਚਨਾਂ ਦੀ ਸ਼ਬਦਾਵਲੀ ਆਪਣੀ ਆ ਵੀ ਹੈਵ आवर ਓਨ ਵੋਕੈਬਲਰੀ ਦੈਟ ਅ ਨਾਰਮਲ ਪਰਸਨ ਡੋਨਟ ਇਵਨ ਅੰਡਰਸਟੈਂਡ ਵਾਟ ਵੀ ਆਰ ਟਾਕਿੰਗ ਅਬਾਊਟ ਐਂਡ ਦੈਟਸ ਆ ਲੋਡਡ ਵਿਦ ਲਵ ਬਟ ਇਟਸ ਨਾਟ ਇਨ आवर ਡੀਡਸ ਗੱਲ-ਗੱਲ ਤੇ ਅਸੀਂ ਗਾਡ ਬਲੈਸ ਯੂ ਕਹੀ ਜਾਂਦੇ ਆ ਨਾ ਸਾਨੂੰ ਉਹਦਾ मीनिंग ਪਤਾ ਨਾ ਸਾਨੂੰ ਕੁਝ ਹੋਰ ਪਤਾ ਅੱਖਰਾਂ ਦਾ ਪਿਆਰ ਅਸੀਂ ਭਰ ਲਿਆ ਆਪਣੇ ਅੰਦਰ ਕੰਮਾਂ ਦਾ ਹੈ ਨਹੀਂ ਲੇਕਿਨ ਇੱਕ ਹੈ ਜਿਹੜਾ ਕੰਮਾਂ ਦਾ ਪਿਆਰ ਸਾਡੀ ਜ਼ਿੰਦਗੀ ਚ ਭਰਨਾ ਮੰਗਦਾ ਆ ਔਰ ਸਾਨੂੰ ਦੇਣਾ ਮੰਗਦਾ ਕਿੱਦਾਂ ਦੇਣਾ ਮੰਗਦਾ ਮੇਰੇ ਨਾਲ ਆਖਰੀ ਪੰਨੇ ਦੇ ਉੱਤੇ ਆ ਜਾਓ ਜਿਹੜੀ ਮੈਂ ਤੁਹਾਨੂੰ ਹੈਂਡਆਉਟਸ ਦਿੱਤੀਆਂ ਰੋਮਾਂਸ ਦਾ ਪੰਜਵਾਂ ਭਾਗ ਉਹਦੀ 1 ਤੋਂ ਲੈ ਕੇ 5 ਆਇਤਾਂ ਇਹ ਦੇਖੋ ਇਹ ਮੇਰੇ ਲਈ ਆ ਔਰ ਇਹ ਮੇਰੇ ਭੈਣਾਂ ਭਰਾਵਾਂ ਲਈ ਆ ਔਰ ਵਚਨ ਚ ਲਿਖਿਆ ਕੇ ਵਿਸ਼ਵਾਸ ਦੇ ਦੁਆਰਾ ਸਾਡਾ ਪਰਮੇਸ਼ਵਰ ਦੇ ਨਾਲ ਉਚਿਤ ਸੰਬੰਧ ਸਥਾਪਿਤ ਕੀਤਾ ਗਿਆ ਹੈ ਮੈਂ ਦੁਨੀਆ ਦੀਆਂ ਸਾਰੀਆਂ ਧਾਰਮਿਕ ਕਿਤਾਬਾਂ ਪੜ੍ਹ ਸਕਦਾ ਮੈਂ ਦੁਨੀਆ ਦਾ ਸਾਰਾ ਗਿਆਨ ਰੱਖ ਸਕਦਾ ਔਰ ਸਾਰੀਆਂ ਚੀਜ਼ਾਂ ਦਾ ਗਿਆਨ ਰੱਖ ਸਕਦਾ ਮੇਰਾ ਸੰਬੰਧ ਪਰਮੇਸ਼ਵਰ ਦੇ ਨਾਲ ਨਹੀਂ ਬਣੇਗਾ ਪਰਮੇਸ਼ਵਰ ਦੇ ਨਾਲ ਸੰਬੰਧ ਬਣਾਉਣ ਦਾ ਇੱਕ ਕੋਈ ਤਰੀਕਾ ਆ ਉਹ ਹੈ ਜਬੂਰ 32 ਤੇ ਉਹਦੀਆਂ ਪਹਿਲੀਆਂ 5 ਆਇਤਾਂ ਹੋਰ ਪਰਮੇਸ਼ਰ ਦੇ ਨਾਲ ਕਿੰਸਾਨ ਦਾ ਕਿਸੇ ਵੀ ਤਰੀਕੇ ਦੇ ਨਾਲ ਉਚਿਤ ਸੰਬੰਧ ਨਹੀਂ ਸਥਾਪਿਤ ਹੋ ਸਕਦਾ ਕਿਉਂਕਿ ਜਦ ਤੱਕ ਮੈਂ ਆਪਣਾ ਗੁਨਾਹ ਪਰਮੇਸ਼ਰ ਤੋਂ ਨਹੀਂ ਮੰਗਦਾ ਔਰ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਨਹੀਂ ਆਪਣਾ ਗੁਨਾਹ ਦੀ ਮਾਫੀ ਮੰਗਦਾ ਕਿਉਂਕਿ ਉਹਨੇ ਕੀਮਤ ਦਿੱਤੀ ਆ ਉਹਨੇ ਪਾਪੀ ਨੂੰ ਪਿਆਰ ਕੀਤਾ ਉਹ ਪਾਪੀ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਮੇਰਾ ਪਰਮੇਸ਼ਰ ਦੇ ਨਾਲ ਕੋਈ ਸੰਬੰਧ ਸਥਾਪਿਤ ਨਹੀਂ ਹੁੰਦਾ ਪ੍ਰਭੂ ਦਾ ਸ਼ੁਕਰ ਸਾਰੇ ਧਰਮ ਗ੍ਰੰਥਾਂ ਦੇ ਲਈ ਪਰ ਕੋਈ ਵੀ ਧਰਮ ਗ੍ਰੰਥ ਮੇਰਾ ਪਰਮੇਸ਼ਰ ਦੇ ਨਾਲ ਉਚਿਤ ਸੰਬੰਧ ਸਥਾਪਿਤ ਨਹੀਂ ਕਰਦਾ other than jesus there is no other way prabhu yesu to alawa hor koi rasta nahi ke mera parmeshwar de naal sambandh uchit thahre vishwas de dwara sada parmeshwar de naal uchit sambandh sthapit kita gaya hai isse lai sade prabhu yesu de raahi parmeshwar de naal sada ਮੇੜ ਹੈ ਮਸੀਦੇ ਰਾਹੀ ਹੀ ਵਿਸ਼ਵਾਸ ਦੇ ਦੁਆਰਾ ਅਸੀਂ ਪਰਮੇਸ਼ਵਰ ਦੀ ਕਿਰਪਾ ਤੱਕ ਪਹੁੰਚੇ ਹਾਂ ਜਿਸ ਵਿੱਚ ਅਸੀਂ ਇਸ ਵੇਲੇ ਖੜੇ ਹਾਂ ਸੋ ਆਓ ਅਸੀਂ ਪਰਮੇਸ਼ਵਰ ਦੀ ਮਹਿਮਾ ਦੇ ਹਿੱਸੇਦਾਰ ਹਿੱਸੇਦਾਰ ਹੋਣ ਦੀ ਉਮੀਦ ਦੇ ਲਈ ਖੁਸ਼ੀ ਮਨਾਈਏ ਕੇਵਲ ਇਸੇ ਦੇ ਲਈ ਨਹੀਂ ਸਗੋਂ ਆਪਣਿਆਂ ਹੋਣ ਦੇ ਦੁੱਖਾਂ ਦੇ ਲਈ ਵੀ ਖੁਸ਼ੀ ਮਨਾਈਏ ਇਹ ਜਾਣਦੇ ਹੋਏ ਕਿ ਦੁੱਖ ਧੀਰਜ ਉਤਪੰਨ ਕਰਦੇ ਹਨ ਧੀਰਜ ਤੋਂ ਸਾਡੇ ਵਿਸ਼ਵਾਸ ਦੀ ਮਜ਼ਬੂਤੀ ਦਾ ਸਬੂਤ ਮਿਲਦਾ ਹੈ ਅਤੇ ਇਸ ਤੋਂ ਉਮੀਦ ਪੈਦਾ ਹੁੰਦੀ ਹੈ ਅਤੇ ਇਹ ਉਮੀਦ ਸਾਨੂੰ بے ਉਮੀਦ ਨਹੀਂ ਹੋਣ ਦਿੰਦੀ ਕਿਉਂਕਿ ਪਵਿੱਤ ਤਰ ਆਤਮਾ ਦੁਆਰਾ ਜੋ ਸਾਨੂੰ ਮਿਲਿਆ ਹੈ ਪਰਮੇਸ਼ਰ ਦਾ ਪਿਆਰ ਸਾਡੇ ਆ ਮਨਾਂ ਦੇ ਵਿੱਚ ਭਰ ਦਿੱਤਾ ਗਿਆ ਹੈ ਅਗਰ ਅਸੀਂ ਇੱਕ ਐਸੀ ਹਾਲਤ ਦੇ ਵਿੱਚ ਖੜੇ ਆ ਜਿੱਥੇ ਸਾਨੂੰ ਪਤਾ ਕਿ ਇਸ ਵੇਲੇ ਮੇਰਾ ਜਿਹੜਾ ਮਨ ਆ ਉਹ ਪਰਮੇਸ਼ਵਰ ਦੇ ਇਸ ਦਿੱਤੇ ਹੋਏ ਜਿਸ ਵੇਲੇ ਅਸੀਂ ਕਹਿੰਨੇ ਨਾ ਕਿ ਇਸ ਵੇਲੇ ਮੇਰਾ ਕੰਮ ਸਰੀਰ ਦੇ ਕੰਮਾਂ ਦੇ ਵੱਲ ਨੂੰ ਵੱਧਦਾ ਪਿਆ ਸਾਨੂੰ ਦੱਸਿਆ ਸਰੀਰ ਦੇ ਕੰਮ ਤਾਂ ਸਾਫ਼ ਪ੍ਰਗਟ ਹਨ ਸਰੀਰ ਦੇ ਕੰਮ ਕੀ ਆ ਵਿਚਾਰ ਅਸ਼ੁੱਧਤਾ ਗਵਾਰ ਪੁਣਾ ਮੂਰਤੀ ਪੂਜਾ ਜਾਦੂਗਰੀ ਵੈਰ ਝਗੜੇ ਈਰਖਾ ਗੁੱਸਾ ਸਵਾਰਥ ਅਤੇ ਇਸ ਤ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਜਦ ਜਦ ਵੇਲੇ ਵੀ ਮੈਂ ਦੇਖਦਾ ਕਿ ਮੇਰਾ ਮਨ ਇਹ ਮੇਰਾ ਮਨ ਉਹਾਂ ਚੀਜ਼ਾਂ ਦੇ ਵੱਲ ਨੂੰ ਜਾ ਰਿਹਾ ਉਸੇ ਵੇਲੇ ਹੀ ਮੈਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਵਾਂ ਆਪਣਾ ਪਾਪ ਨੂੰ ਮੰਨਾ ਔਰ ਫਿਰ ਉਸ ਤੋਂ ਮੰਗਾ ਕਿ ਮੈਨੂੰ ਆਪਣੀ ਪਵਿੱਤਰ ਆਤਮਾ ਦੇ ਮੇਰਾ ਮਨ ਨੂੰ ਪਰ ਮੇਰੇ ਮਨ ਨੂੰ ਆਪਣੇ ਪਿਆਰ ਦੇ ਨਾਲ ਪਰ ਇਸ ਇਨਸਾਨ ਤੋਂ ਐਸ ਵੇਲੇ ਮੈਨੂੰ ਗੁੱਸਾ ਆ ਰਿਹਾ ਹੈ ਪ੍ਰਭੂ ਅਸ ਵੇਲੇ ਮੈਂ ਇਸ ਨੂੰ ਪਿਆਰ ਨਹੀਂ ਕਰ ਸਕਦਾ ਮੈਂ ਇਸ ਨੂੰ ਪਿਆਰ ਨਹੀਂ ਕਰ ਸਕਦੀ ਪਰ ਆਪਣੀ ਪਵਿੱਤਰ ਆਤਮਾ ਦੇ ਨਾਲ ਤੋਂ ਮੇਰੇ ਪਿਆਰ ਨੂੰ ਮੇਰੇ ਮਨ ਨੂੰ ਪਰ ਪ੍ਰਭੂ ਕਦੀ ਤਹਾਨੂੰ ਝੂਠਾ ਪਿਆਰ ਨਹੀਂ ਦੇਵੇਗਾ ਝੂਠਾ ਪਿਆਰ ਨਹੀਂ ਦੇਵੇਗਾ ਇਹ ਨਹੀਂ ਕਿ ਉਹ انسان ਬਿਲਕੁਲ ਇੱਕ ਐਸੀ ਹਾਲਤ ਦੇ ਵਿੱਚ ਬੈਠਾ ਹੈਗਾ ਜਿਸ ਹਾਲਤ ਨੂੰ ਪ੍ਰਭੂ ਨੇ ਕਿਸੇ ਦੀ ਹਾਲਤ ਨੂੰ ਪਿਆਰ ਨਹੀਂ ਕੀਤਾ ਉਸ ਇਨਸਾਨ ਨੂੰ ਪਿਆਰ ਕੀਤਾ ਉਹਦੇ ਪਾਪ ਨੂੰ ਪਿਆਰ ਨਹੀਂ ਕੀਤਾ ਪਾਪੀ ਨੂੰ ਪਿਆਰ ਕੀਤਾ ਉਸ ਪਾਪੀ ਦੇ ਲਈ ਪ੍ਰਭੂ ਸਾਨੂੰ ਪਿਆਰ ਦੇ ਦੇਗਾ ਪਰ ਅਸੀਂ ਉਹਦੇ ਲਈ ਉਹਦੇ ਲਈ ਇਸ ਤੋਂ ਪਹਿਲਾਂ ਕਿ ਉਹਦੇ ਵੱਲ ਅਸੀਂ ਅਸੀਂ ਉਹਦੇ ਵੱਲ ਉਹਦੇ ਉਹਦੇ ਵੱਲ ਆਪਣੀ ਉਂਗਲਾਂ ਚੁੱਕੀਏ ਉਸ ਨੂੰ ਕੁਝ ਕਹੀਏ ਪ੍ਰਭੂ ਸਾਡੇ ਅੰਦਰ ਇਹ ਪੈਦਾ ਕਰ ਦੇਗਾ ਕਿ ਅਸੀਂ ਉਹਦੇ ਲਈ ਦੁਆ ਕਰੀਏ ਕਿ ਪ੍ਰਭੂ ਤੁਸੀਂ ਨੂੰ ਬਦਲ ਤੇ ਆਪਣੀ ਕਿਰਪਾ ਪਾ ਔਰ ਮੇਰੇ ਮਨ ਨੂੰ ਆਪਣੇ ਰਾਜ ਦੀ ਮੁਕਤੀ ਦੀ ਖੁਸ਼ੀ ਦੇ ਨਾਲ ਪਰ ਮੇਰੇ ਮਨ ਨੂੰ ਆਪਣੇ ਰਾਜ ਦੀ ਖੁਸ਼ੀ ਔਰ ਆਪਣੀ ਮੁਕਤੀ ਦੇ ਆਨੰਦ ਦੇ ਨਾਲ ਤੋਂ ਮੈਨੂੰ ਪਰ ਮੈਂ ਇਸ ਦੀ ਇਸ ਦੀ ਪਾਪੀ ਹਾਲਤ ਨੂੰ ਦੇਖ ਕੇ ਕਿਉਂ ਜਲਦਾ ਪਿਆ ਮੈਂ ਇਸ ਦੀ ਪਾਪੀ ਹਾਲਤ ਨੂੰ ਦੇਖ ਕੇ ਕਿਉਂ ਛੜਦਾ ਪਿਆ ਮੈਂ ਆਪਣੇ ਆਪ ਦਾ ਇਹ ਬੁਰਾ ਹਾਲ ਕਿਉਂ ਕੀਤਾ ਤੂੰ ਮੈਨੂੰ हे ਮੇਰੇ ਮਾਲਕ ਪਵਿੱਤਰ ਆਤਮਾ ਦੇ ਨਾਲ ਪਾਰ ਔਰ ਮੈਨੂੰ ਆਪਣੇ ਰਾਜ ਦੀ ਖੁਸ਼ੀ ਦੇ ਨਾਲ ਪਾਰ ਔਰ ਜਦ ਉਸ ਤੇ ਰਾਜ ਦੀ ਖੁਸ਼ੀ ਦਾ ਆਨੰਦ ਆਏਗਾ ਤੇ ਉਸ ਆਨੰਦ ਦੇ ਨਾਲ ਉਹ ਪਿਆਰ ਆਏਗਾ ਜਿਸ ਪਿਆਰ ਨੂੰ ਅਸੀਂ ਹੁਣੇ ਦੇਖ ਕੇ ਹਟੇ ਸੋ ਕੀ ਪਿਆਰ ਇਨਸਾਨ ਦੇ ਅੰਦਰੋਂ ਪੈਦਾ ਹੁੰਦਾ ਕੀ ਪਿਆਰ ਇਨਸਾਨ ਦੇ ਸੁਭਾਅ ਤੋਂ ਪੈਦਾ ਹੁੰਦਾ ਕੀ ਪਿਆਰ ਕੋਈ ਐਸੀ ਚੀਜ਼ ਆ ਜਿਹੜੀ ਸਾਨੂੰ ਸਾਡੇ ਮਾਪੇ ਤੋਂ ਮਿਲੀ ਆ ਨਹੀਂ ਸੁਭਾਅ ਸਾਨੂੰ ਮਿਲ ਸਕਦਾ ਸਾਡੇ ਮਾਪੇ ਤੋਂ ਸੁਭਾਅ ਮਿਲ ਸਕਦਾ ਪਿਆਰ ਨਹੀਂ ਮਿਲ ਸਕਦਾ ਪਿਆਰ ਸਾਨੂੰ ਸਿਰਫ ਪ੍ਰਭੂ ਦੇ ਆਤਮਾ ਤੋਂ ਮਿਲਦਾ ਪਿਆਰ ਸਿਰਫ ਯਿਸੂ ਮਸੀਹ ਦੇ ਸਕਦਾ ਪਿਆਰ ਆਤਮਾ ਤੋਂ ਮਿਲਦਾ ਔਰ ਆਤਮਾ ਸਿਰਫ ਉਹਨਾਂ ਨੂੰ ਮਿਲਦੀ ਹੈ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣਾ ਭਰੋਸਾ ਕਰਦੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਸਾਰੇ ਜਗਤ ਨੂੰ ਇਹ ਆਤਮਾ ਨਹੀਂ ਦਿੱਤਾ ਜਾਏਗਾ ਪਰ ਉਹਨਾਂ ਨੂੰ ਦਿੱਤਾ ਜਾਏਗਾ ਜਿਹੜੇ ਮੇਰੇ ਵਿੱਚ ਭਰੋਸਾ ਕਰਨਗੇ ਔਰ ਜਿਹੜੇ ਮੇਰੇ ਵਿੱਚ ਭਰੋਸਾ ਕਰਨਗੇ ਉਹਨਾਂ ਨੂੰ ਉਹ ਕਦੀ ਵੀ ਕਦੀ ਵੀ ਕਦੀ ਵੀ ਅਨਾਥ ਨਹੀਂ ਰਹਿਣਗੇ ਉਹ ਕਦੀ ਵੀ ਅਨਾਥ ਨਹੀਂ ਰਹਿਣਗੇ ਮੈਂ ਉਹਨਾਂ ਦੇ ਨਾਲ ਹੋਊਗਾ ਮੇਰਾ ਬਾਪ ਉਹਨਾਂ ਦੇ ਨਾਲ ਹੋਏਗਾ ਔਰ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਹੋਏਗਾ ਔਰ ਜਦ ਪਵਿੱਤਰ ਆਤਮਾ ਸਾਡੇ ਅੰਦਰ ਆਉਂਦਾ ਉਸ ਦੇ ਨਾਲ ਪ੍ਰਭੂ ਯਸੂਦਾ ਆਤਮਾ ਸਾਡੇ ਅੰਦਰ ਆਉਂਦਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਇਹਨਾਂ ਹਿੱਸਿਆਂ ਦੇ ਵਿੱਚ ਦੇਖੋ ਕਿ ਸਾਡੇ ਵਿੱਚ ਕਿਹੜੇ-ਕਿਹੜੇ ਹਿੱਸੇ ਆ ਜਿਸ ਲਈ ਅਸੀਂ ਮਨੁੱਖਤਾ ਨੂੰ ਦੇਖਿਆ ਸੀਗਾ ਸਰੀਰ ਦੇ ਕੰਮਾਂ ਨੂੰ ਦੇਖਿਆ ਸੀਗਾ ਤੇ ਸਾਡੇ ਭਰਾ ਨੇ ਬੜੀ ਪਿਆਰੀ ਦੁਆ ਅੱਜ ਕੀਤੀ ਆ ਮੈਂ ਆਪਣਾ ਪਾਪ ਆਪਣੇ ਆਪਣੇ ਪੈਣਾ ਭਰਾਵਾਂ ਤੋਂ ਲੁਕੋ ਸਕਦਾ ਮੈਂ ਆਪਣਾ ਪਾਪ ਆਪਣੀ ਵਾਈਫ ਤੋਂ ਲੁਕੋ ਸਕਦਾ ਮੈਂ ਆਪਣਾ ਪਾਪ ਆਪਣੇ ਮਾਂ ਬਾਪ ਤੋਂ ਲੁਕੋ ਸਕਦਾ ਪਰ ਮੈਂ ਆਪਣਾ ਬਾਪ ਹੀ ਪਰਮੇਸ਼ਰ ਤੇਰੇ ਤੋਂ ਨਹੀਂ ਲੁਕੋ ਸਕਦਾ ਅਰ वचन ਚ ਤਾਹ ਕਿ ਲਿਖਿਆ ਕਿ ਮੈਂ ਬਦਲਣਾ ਤੇ ਚੱਲ ਜਾ ਤੇ ਤੂੰ ਉੱਥੇ ਆ ਮੈਂ ਪਤਾਲ ਵਿੱਚ ਜਾ ਕੇ ਮੰਜਾ ਡਾਲਾਂ ਤਾਂ ਵੀ ਤੂੰ ਉੱਥੇ ਆ ਯੂ ਆਰ ਇਨ ਦਾ ਹੈਵਨ ਐਂਡ ਯੂ ਆਰ ਇਨ ਦਾ ਡੀਪ ਪਲੇਸਸ ਵੇਅਰ ਵੁਡ ਆਈ ਰਨ ਫਰਮ ਯੂ ਤੇਰ ਤੋ ਦੌੜ ਕੇ ਮੈਂ ਕਿੱਥੇ ਜਾਵਾਂ ਤੁਸੀਂ ਆਪਣੇ ਮਨ ਦੀ ਹਾਲਤ ਨੂੰ ਜਾਣਦੇ ਆ ਮੈਂ ਆਪਣੇ ਸਰੀਰ ਦੇ ਕੰਮਾਂ ਨੂੰ ਜਾਣਦਾ ਕਿ ਮੇਰੇ ਅੰਦਰ ਸਰੀਰ ਦੇ ਕੰਮ ਕਿਹੜੇ ਆ ਆਓ ਆਪਣੇ ਸਰੀਰ ਦੇ ਕੰਮਾਂ ਨੂੰ ਪ੍ਰਭੂ ਦੀ ਹਜ਼ੂਰੀ ਚ ਰੱਖੀਏ ਔਰ ਪ੍ਰਭੂ ਦਾ ਅਨੰਦ ਉਸ ਤੋਂ ਲੈ ਕੇ ਆਇਆ ਇਸ ਤੋਂ ਪਹਿਲਾਂ ਮੈਂ ਦੁਆ ਕਰਾਂ ਚੁੱਪਚਾਪ ਆਪਣੇ ਮਨ ਦੀ ਹਾਲਤ ਨੂੰ ਪ੍ਰਭੂ ਦੇ ਹਜ਼ੂਰੀ ਚ ਰੱਖੋ ਸ਼ੀਸ਼ਾ ਦੇਖੋ ਆਪਣਾ ਆਪ ਦੇਖੋ ਔਰ ਜਿਹੜੇ ਜ਼ਖਮ ਪ੍ਰਭੂ ਦਖਾ ਰਿਆ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਚ ਰੱਖੋ ਔਰ ਪ੍ਰਭੂ ਤੋਂ ਉਹ ਸੱਚੇ ਪਿਆਰ ਦੇ ਲਈ ਦੁਆ ਕਰੋ ਕਿ ਪ੍ਰਭੂ ਜੀ ਮੈਨੂੰ ਪਿਆਰ ਦੇ ਮੇਰੇ ਅੰਦਰ ਪਿਆਰ ਦਾ ਫਲ ਲਾ ਮੇਰੇ ਤੇ ਕਿਰਪਾ ਕਰ ਹੂੰ ਆਓ ਖੜੇ ਹੋइए ਚਕਚਾਪ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੇ ਸੁਭਾਅ ਰੱਖਿਏ ਚਪਚਾਪ ਆਪਣੇ ਸਰੀਰ ਦੀਆਂ ਕੰਮਾਂ ਨੂੰ ਰੱਖਿਏ let us let us give let us give him all the acts of our flesh and seek the love of holy spirit from him for god for ourselves and for each other ਸਰੀਰ ਦੇ ਕੰਮਾਂ ਨੂੰ ਅਸੀਂ ਪ੍ਰਭੂ ਦੇ ਚਰਨਾਂ 'ਚ ਰੱਖੀਏ ਗੁੱਸੇ ਦਾ ਤੁਹਾਡੇ ਅੰਦਰ ਪਾਪ ਆ ਪ੍ਰਭੂ ਦੇ ਚਰਨਾਂ 'ਚ ਰੱਖ ਦਿਓ ਈਰਖਾ ਦਾ ਪਾਪ ਆ ਪ੍ਰਭੂ ਦੇ ਚਰਨਾਂ 'ਚ ਰੱਖ ਦਿਓ ਮਨ ਦਾ ਸਾੜਾ ਆ ਮਤ ਭੇ ਦਾ ਪਾਟੀ ਬਾਜੀ ਆ ਰੱਖ ਦਿਓ ਇਸ ਨੂੰ ਰੱਖ ਦਿਓ ਔਰ ਪ੍ਰਭੂ ਦਾ ਸੱਚਾ ਪਿਆਰ ਉਸ ਤੋਂ ਲੈ ਕੇ ਜਾਓ। ਖੁਦਾਬੰਦ ਤੇਰੇ ਬੱਚਿਆਂ ਨੇ ਆਪਣੇ ਮਨ ਦਾ ਗੁਨਾਹ ਤੇਰੇ ਮੂਰੇ ਰੱਖਿਆ। ਇਸ ਧੋਖਰੇ ਨੂੰ ਤੂੰ ਲ ਔਰ ਆਪਣੀ ਆਤਮਾ ਦਾ ਸਭ ਤੋਂ ਪਿਆਰਾ ਫਲ ਆਪਣੇ ਬੱਚਿਆਂ ਦੇ ਅੰਦਰ ਤੂੰ ਪਾ। ਕਿਉਂਕਿ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ ਹੀ ਇਹ ਭਰਿਆ ਜਾਂਦਾ ਸਾਡੇ ਅੰਦਰ। ਇਹ ਸਵਰਗ ਤੋਂ ਮਿਲਦਾ ਪਿਆਰ। ਪਿਆਰ ਦੀ ਇਹ ਦਾਤ ਤੂੰ ਸਾਡੇ ਅੰਦਰ ਪਰ ਜੋ ਸਾਡੇ ਵਿੱਚ ਨਹੀਂ ਜੋ ਤੇਰਾ ਆ। ਤੇਰੇ ਘਰੋਂ ਅਸੀਂ ਖਾ ਲਈ ਆ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਆਂ ਔਰ ਸਾਰੀ ਸੰਗਤ ਕਹੇ ਆਮੀਨ।